ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮਉ ਸਿੰਘ ਰਾਜਸਥਾਨ ਸੀ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਤੇ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਦਸ਼ਕੋ ਸਿੰਘ ਸਾਹਿਬ ਹਰਪਜਨ ਸਿੰਘ ਜੀ ਖਾਲਸਾ ਯੋਗੀ ਜਿਹੜੇ ਕਿ ਪੂਰੇ ਅਮਰੀਕਾ ਵਿੱਚ ਨਹੀਂ ਦੁਨੀਆ ਭਰ ਦੇ ਵਿੱਚਕਾਰ ਜਿਹੜੇ ਸਿੱਖਾਂ ਤੋਂ ਬਾਹਰ ਜਿਹੜੇ ਲੋਗ ਨੇ ਜਿਨ੍ਹਾਂ ਨੂੰ ਪ੍ਰੇਰਣਾ ਤੇ ਸਦਕਾ ਦੇ ਕੇ ਉਹਨਾਂ ਨੇ ਆਪਣੇ ਗਲਵਕੜੀ ਵਿੱਚ ਲਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਗਲਵਕੜੀ ਦੇ ਨਾਲ ਉਹਨਾਂ ਨੂੰ ਜੋੜ ਦਿੱਤਾ ਔਰ ਫਿਰ ਉਸ ਪਿਆਰ ਚ ਭਿੱਜੇ ਹੋਏ ਉਹਨਾਂ ਸਾਰੇ ਵਿਅਕਤੀਆਂ ਦੇ ਮੂੰਹ ਦੇ ਵਿੱਚੋਂ ਇੱਕ ਗੱਲ ਨਿਕਲਦੀ ਤਨ ਤਨ ਗੁਰੂ ਰਾਮਦਾਸ ਸੀ ਅਸੀਂ ਤੇਰੇ ਚਰਨਾਂ ਦੇ ਨੇੜੇ ਆਏ ਹਾਂ ਅਸੀਂ ਗੁਰਗੰਥ ਸਾਹਿਬ ਜੀ ਤੇਰੀ ਬਾਣੀ ਦੇ ਨੇੜੇ ਆਏ ਹਾਂ ਔਰ ਆਪਣੇ ਉਸ ਪਿਆਰੇ ਵਿਅਕਤੀ ਨੂੰ ਜਿਸ ਦਾ ਨਾਮ ਮੈਂ ਪਹਿਲਾਂ ਦੱਸਿਆ ਹੈ योगी भजन ਕਰਕੇ ساری ਜ਼ਿੰਦਗੀ ਪਿਆਰ ਦਿੰਦੇ ਰਹੇ ਔਰ ਅੱਜ ਵੀ ਸੱਚ ਜਾਣਿਓ ਦੁਨੀਆ ਦੇ ਵੱਖ-ਵੱਖ ਕੋਨੇ ਦੇ ਅੰਦਰ ਉਹ ਪਿਆਰ ਦੇ ਰਹੇ ਮੈਂ 2 ਦਿਨ ਪਹਿਲਾਂ ਹੀ ਕੋਈ ਮੈਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਵੀਡੀਓ ਦੇ ਵਿੱਚ ਅਫਰੀਕਾ ਦੇ ਅੰਦਰ ਅਫਰੀਕਾ ਦੇ ਅੰਦਰ ਕੁਝ ਜਿਹੜੇ ਲੋਕ ਨੇ ਉਹਨਾਂ ਨੇ ਦਸਤਾਰ ਵੇਖ ਕੇ ਸਿੱਖੀ ਨੂੰ ਧਾਰਨ ਕੀਤਾ ਯੋਗੀ ਭਜਨ ਹੋਰਾਂ ਦੇ ਨੇੜੇ ਆਏ ਔਰ ਉਸ ਤੋਂ ਬਾਅਦ ਜੋ ਉਹਨਾਂ ਦੇ ਵਰਲਡਸ ਹਨ ਉਹ ਸੋਸ਼ਲ ਮੀਡੀਆ ਤੇ ਸੁਣ ਕੇ ਹੀ ਆਪਣੇ ਦਿਲ ਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਨੂੰ ਜ਼ਿੰਦਗੀ ਦੇ ਅੰਦਰ ਅਗਰ ਕਿਤੇ ਸਕੂਨ ਲੱਭਿਆ ਹੈ ਕਿਤੇ ਮੈਨੂੰ ਸ਼ਾਂਤੀ ਲੱਭੀ ਹੈ ਮੈਨੂੰ ਜ਼ਿੰਦਗੀ ਦਾ ਰਾਹ ਲੱਭਿਆ ਹੈ ਤਾਂ ਮੈਨੂੰ yogi bhajan ਨੇ ਉਸ ਰਾਹ ਤੇ ਤੋਰਿਆ ਹੈ ਤੇ ਅੱਜ ਉਹਨਾਂ ਦੇ ਹੀ ਵਿਰਾਸਤ ਨੂੰ ਸਾਂਭਣ ਵਾਲੇ ਉਹਨਾਂ ਦੇ ਹੀ ਪਿਆਰ ਨੂੰ ਸਾਂਭਣ ਵਾਲੇ ਉਹਨਾਂ ਦੀ ਗੋਦੀ ਬਹਿ ਕੇ ਨਿਗਲ ਲੈਣ ਵਾਲੇ ਉਸ ਪਿਆਰੇ ਗੁਰਸਿੱਖ ਦੇ ਨਾਲ ਆਪ ਦਾ ਮੇਲ ਕਰਾ ਰਿਹਾ ਜਿਨ੍ਹਾਂ ਨੂੰ ਸੁਭਾਗ ਵਜੋਂ ਉਹਨਾਂ ਦੇ ਸੁਪੁੱਤਰ ਹੋਣ ਦਾ ਮਾਣ ਹੈ ਸਰਦਾਰ ਕੁਲਵੀਰ ਸਿੰਘ ਜੀ ਜਿਹੜੇ ਕਿ yogi bhajan horan ਦੇ ਬੇਟੇ ਨੇ ਮੈਂ ਉਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਦਸ਼ਕਵਾਂ ਦਰਜੀ ਕਰਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਸ਼ਕਾਵਾਂ ਨੂੰ ਸਿੱਖੀ ਜਨ ਦੇ ਦਸ਼ਕਾਵਾਂ ਨੂੰ ਉਹਨਾਂ ਨੂੰ ਪਿਆਰ ਪ੍ਰਸਾਦ ਦਾ ਦੇ ਰਿਆਂ ਤਾਂ ਜੀ ਆਇਆਂ ਨੂੰ ਕੁਲਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਇੰਟਰੋਡਕਸ਼ਨ ਦੇ ਵਿੱਚਕਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ yogi ji ਦੇ ਔਰ khalsa ji ਦੇ ਬਾਰੇ ਜਿਹੜੇ ਸ਼ਬਦ ਮੈਂ ਕਹਿ ਸਕਦਾ ਸੀ ਆਪਣੇ ਉਹ ਲੋਕ ਹੈ ਨੇ ਲੇਕਿਨ ਬਹੁਤ ਥੋੜੇ ਨੇ ਕਿਉਂਕਿ ਉਹਨਾਂ ਨੇ ਕੀਤੀਆਂ ਹੋਈਆਂ ਸੇਵਾਵਾਂ ਜਿਹੜੀਆਂ ਨੇ ਉਹ ਮਨੁੱਖਤਾ ਦੇ ਭਲੇ ਲਈ ਸਿੱਖੀ ਦੀ ਬੁਨਿਆਦ ਦੇ ਵਿਚਾਰ ਇੱਕ ਬੜਾ ਵੱਡਾ ਮੀਲ ਪੱਥਰ ਸਾਬਤ ਹੋਇਆ ਸੋ ਮੈਂ ਇਹ ਗੱਲਬਾਤ ਦਾ سلسلہ ਸ਼ੁਰੂ ਕਰਨ ਤੋਂ ਪਹਿਲਾਂ ਚਾਹਾਂਗਾ ਕਿ ਦੋ ਸ਼ਬਦ ਸਾਡੇ ਜੀਓਰ ਵਾਸਤੇ ਕੁਲਵੀਰ ਸਿੰਘ ਜੀ ਤੁਸੀਂ ਕਹੋ ਤਾਂ ਕਿ ਸਾਨੂੰ ਅੱਛਾ ਲੱਗੇਗਾ ਦੋ ਸ਼ਬਦ ਪਰ ਉਸ ਤੋਂ ਬਾਅਦ ਫਿਰ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਪ੍ਰੋਗਰਾਮ ਤੁਹਾਨੂੰ ਪਤਾ ਹੈ ਕਿ ਕਰੀਏ ਦਿਲ ਦੀਆਂ ਗੱਲਾਂ ਹੈ ਔਰ ਸਿੱਖੀ ਵਿਰਾਸਤ ਤੇ yogi ਭਜਨ ਅੱਜ ਇਹਦੇ ਤੇ ਅਸੀਂ ਗੱਲਾਂ ਕਰਨੀਆਂ ਨੇ ਤੋਂ ਕਿਰਪਾ ਕਰਕੇ ਸਾਡੇ ਦਰਸ਼ਕਾਂ ਨਾਲ ਅਗਰ ਦੋ ਸ਼ਬਦ ਕੋਈ ਕਹਿਣਾ ਚਾਹੋ ਸਾਰੇ ਦੁਨੀਆ ਚ ਦੇਖਦੇ ਹੋਏ ਦਰਸ਼ਕਾਂ ਨੂੰ ਮੇਰੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ yogi ਸਾਹਿਬ ਦੇ ਬਾਰੇ ਅੱਜ ਗੱਲ ਕਰਨ ਲੱਗੇ ਆ ਤੇ yogi ਸਾਹਿਬ ਹਮੇਸ਼ਾ ਕਹਿੰਦੇ ਸੀ ਕਹਿੰਦੇ ਮੈਂ ਤਾਂ ਤੁਛ ਜਿਹਾ ਇਨਸਾਨ ਹੈਗਾ ਮਗਰ ਗੁਰੂ ਰਾਮਦਾਸ ਦੇ ਘਰ ਦੀ ਮੇਰੇ ਤੇ ਬਹੁਤ ਮਿਹਰ ਹੈ ਔਰ ਉਹੀ ਮੇਰੇ ਤੋਂ ਕੰਮ ਕਰਾਈ ਜਾਂਦਾ ਪਿਆ ਮੇਰੀ ਇੰਨੀ ਖੁਦੀ ਅਵਸਥਾ ਨਹੀਂ ਹੈ ਮਗਰ ਉਹਨੇ ਮੈਨੂੰ ਇਹ ਕੰਮ ਦਿੱਤਾ ਹੈ ਔਰ ਮੈਂ ਪੂਰੇ ਦਿਲ ਨਾਲ ਇਹ ਕੰਮ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨਾ ਪਿਆ ਔਰ ਉਹਨਾਂ ਨੇ ساری ਜ਼ਿੰਦਗੀ ਇਹ ਮੁੱਦੇ ਨੂੰ ਲੈ ਕੇ ਅੱਗੇ ਚੱਲਨੇ ਆ। ਉਹ ਜਦੋਂ ਅਮਰੀਕਾ ਵਿੱਚ ਆਏ 1969 ਵਿੱਚ ਨਹੀਂ ਨਹੀਂ ਮੈਂ ਗੱਲ ਤੁਹਾਨੂੰ ਅਜੇ ਨਹੀਂ ਨਹੀਂ ਮੈਂ ਪਹਿਲਾਂ ਮੇਰਾ ਸਵਾਲ ਜਿਹੜਾ ਹੈ ਉਹਨਾਂ ਮੈਂ ਗੱਲਬਾਤ ਦਾ سلسلہ ਸ਼ੁਰੂ ਕਰਨ ਜਾ ਰਿਹਾ ਮੈਂ ਤੁਹਾਨੂੰ ਟੋਕ ਨਹੀਂ ਰਿਹਾ ਖਿਮਾ ਕਰਨਾ ਮੇਰਾ ਪਹਿਲਾ ਜਿਹੜਾ ਹੈ ਕਿ ਸਰਦਾਰ ਕੁਲਬੀਰ ਸਿੰਘ ਜਿਨ੍ਹਾਂ ਦੇ ਨਾਲ ਅੱਜ ਸਾਡੇ ਦਰਸ਼ਕ ਗੱਲਾਂ ਕਰ ਰਹੇ ਨੇ ਦਿਲ ਦੀਆਂ ਗੱਲਾਂ ਸਾਬਕਾ ਵੀਰ ਸਿੰਘ ਜੀ ਤੁਹਾਨੂੰ ਸਿੰਘ ਸਾਹਿਬ ਹਰਪਜਨ ਸਿੰਘ ਜੀ ਖਾਲਸਾ yogi ji ਦਾ ਸੁਪੁੱਤਰ ਹੋਣ ਦਾ ਕਿੰਨਾ ਕੋ ਮਾਨ ਮਹਿਸੂਸ ਹੁੰਦਾ ਹੈ ਦੇਖੋ ਜੀ ਮੈਂ yogi ji ਦਾ ਸੁਪੁੱਤਰ ਹੈਗਾ ਮਗਰ ਮੈਂ ਉਹਨਾਂ ਦਾ ਸਟੂਡੈਂਟ ਵੀ ਰਿਆਂ ਔਰ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਹੀ ਮੈਂ ਵਿਚਰਦਾ ਰਿਆਂ ਔਰ ਉਹਨਾਂ ਦੇ ਹੁਕਮ ਤੇ ਬੰਦੇ ਰਿਆਂ ਕਿਉਂਕਿ ਪਿਓ ਹੁੰਦੇ ਕੌਣ ਪਿਆਰ ਤੇ ਬੜਾ ਸੀਗਾ ਮਗਰ ਮੈਨੂੰ ਸਿੱਖੀ ਨਾਲ ਵੀ ਬੜਾ ਪਿਆਰ ਸੀਗਾ ਇਹ ਸਿੱਖੀ ਜਿਹੜੀ ਹੈ ਮੇਰੀ ਮਾਤਾ ਜੀ ਨੇ ਮੈਨੂੰ ਬਚਪਨ ਤੋਂ ਹੀ ਸਾਨੂੰ ਸਾਰੀ ਫੈਮਲੀ ਚ ਦਿੱਤੀ ਹੈ ਉਹ ਯੋਗੀ ਜੀ ਹਮੇਸ਼ਾ ਕਹਿੰਦੇ ਸੀ ਕਿ ਬੀਬੀ ਜੀ ਮੇਰੇ ਤੋਂ ਚੰਗੇ ਸਿੱਖ ਨੇ ਮੈਂ ਤਾਂ ਯੋਗੀ ਹੈਗਾ ਮਗਰ ਅਸਲੀ ਸਿੱਖੀ ਵਿੱਚ ਬੀਬੀ ਜੀ ਹੈਗੇ ਸੋ ਉਹ ਜਿਹੜਾ ਸਿੱਖੀ ਨਾਲ ਯੋਗੀ ਜੀ ਦਾ ਪਿਆਰ ਸੀਗਾ ਜਿਹੜਾ ਉਹਨਾਂ ਨੇ ਬੂਟਾ ਲਾਇਆ ਉਹ ਬੂਟੇ ਨਾਲ ਜੁੜ ਕੇ ਸਗੋਂ ਹੋਰ ਦਿਲ ਨੂੰ ਖੁਸ਼ੀ ਹੋਈ ਕਿ ਇਹ ਗੁਰੂ ਦਾ ਜਿਹੜਾ ਮਿਸ਼ਨ ਹੈਗਾ ਇਹ ਅੱਗੇ ਵਧਣਾ ਚਾਹੀਦਾ ਹੈ ਔਰ ਦੁਨੀਆ ਤੇ ਸੰਸਾਰ ਵਿੱਚ ਇਹਨੂੰ ਪਹੁੰਚਾਉਣਾ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਬਿਹਤਰ ਹੋਏ ਸੋ ਇੱਕ ਤਾਂ ਫਾਦਰ ਹੋਂਦੇ ਦੇ ਹਿਸਾਬ ਨਾਲ ਯੋਗ ਜੀ ਕਹਿੰਦੇ ਨੇ ਆਪਣੇ ਦਰਜੇ ਤੋਂ ਕਾਫੀ ਉੱਚੇ ਸੀਗੇ ਕਿਉਂਕਿ ਫਾਦਰ ਸੀਗੇ ਦੂਜਾ ਜਿਹੜਾ ਉਹਨਾਂ ਨੂੰ ਸਿੱਖੀ ਦਾ ਪਿਆਰ ਸੀਗਾ ਔਰ ਜਿਹੜਾ ਉਹਨੇ ਸਿੱਖੀ ਵਾਸਤੇ ਕੀਤਾ ਹੈ ਉਹ ਸਾਡੇ ਜਿਆਂ ਦੀ ਬੜੀ ਕਿਸਮਤ ਹੈ ਕਿ ਕਿ ਮਹਾਰਾਜ ਨੇ ਸਾਨੂੰ ਵੀ ਉਸ ਚੀਜ਼ ਨਾਲ ਜੋੜਿਆ ਰੱਖਿਆ ਔਰ ਬੁਰੀ ਜ਼ਿੰਦਗੀ ਇਸ ਮਿਸ਼ਨ ਨਾਲ ਜੁੜੇ ਹੋਇਆ ਔਰ ਨਿਯੋਗ ਜੀ ਦੇ ਬਾਅਦ ਵੀ ਇਸ ਮਿਸ਼ਨ ਦੇ ਨਾਲ ਹੀ ਜੁੜੇ ਹੋਇਆ ਔਰ ਗੁਰੂ ਘਰ ਦੀ ਸੇਵਾ ਵਿੱਚ ਜਿੰਨਾ ਹੋ ਸਕਦਾ ਪਿਆ ਸਾਰੇ ਵੱਧ ਚੋੜ ਕੇ ਆਪਣਾ ਆਪਣਾ ਹੱਕ ਨਿਭਾ ਰਹੇ ਨੇ ਸੋ ਮੇਰੀ ਮਿਸਤ ਕੁਲਵੀਰ ਸਿੰਘ ਜੀ ਹੁਣ ਹੁਣ ਮੈਂ ਤੁਹਾਡੇ ਕੋਲੋਂ ਅੰਗਲਾ ਮੈਨੂੰ ਬੜਾ ਪਤਾ ਲੱਗ ਗਿਆ ਕਿ ਤੁਸੀਂ ਬੜਾ ਨਿਗ ਲਿਆ ਆਪਣੇ ਪਿਤਾ ਦੇ ਪਾਸੋਂ ਲੇਕਿਨ ਪਿਤਾ ਹੋਣ ਦੇ ਨਾਲ ਨਾਲ ਉਹ ਤੁਹਾਡੇ ਗਾਈਡ ਵੀ ਰਹੇ ਨੇ ਤੁਹਾਡੇ ਫਿਲਾਸਫਰ ਵੀ ਰਹੇ ਨੇ ਤੁਹਾਡੇ ਮਾਰਗਦਰਸ਼ਕ ਵੀ ਰਹੇ ਨੇ ਔਰ ਉਹ ਤੁਹਾਡੇ ਟੀਚਰ ਦੇ ਰੂਪ ਦੇ ਵਿੱਚਕਾਰ ਤੁਹਾਨੂੰ ਸਿੱਖਿਆਵਾਂ ਵੀ ਦਿੰਦੇ ਰਹੇ ਨੇ ਭਾਵੇਂ ਡਾਕਟਰ ਇੰਦਰਜੀਤ ਕੌਰ ਜੀ ਜਿਹੜੇ ਕਿ ਤੁਹਾਡੇ ਮਾਤਾ ਜੀ ਨੇ ਸਰਦਨੀ ਸਹਿਵਾ ਜਿਹੜੇ ਕਿ ਯੋਗੀ ਜੀ ਦੀ ਧਰਮ ਪਤਨੀ ਦਾ ਵੀ ਮਾਨ ਉਹਨਾਂ ਨੂੰ ਪ੍ਰਾਪਤ ਹੈ ਲੇਕਿਨ ਮੈਂ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਬਾਰੇ ਮੈਂ ਪੜਿਆ ਹੈ ਔਰ ਉਹਨਾਂ ਦੇ ਗਿਆਨ ਬਾਰੇ ਵੀ ਮੈਨੂੰ ਜਾਣਕਾਰੀ ਹੈ ਸੋ ਹੁਣ ਅਸੀਂ ਗੱਲਬਾਤ ਦਾ سلسلہ ਅਕੇ ਤੋਰਾਂਗੇ ਸਬ ਕੁਲਬੀਰ ਸਿੰਘ ਜੀ ਹੁਣ ਦੱਸੋ ਕਿ ਯੋਗੀ ਜੀ ਅਮਰੀਕਾ ਦੀ ਧਰਤੀ ਕਿਉਂਕਿ ਜਿੱਦਾਂ ਮੈਨੂੰ ਪਤਾ ਹੈ ਕਿਉਂਕਿ ਮੈਂ ਵਿਅਕਤੀਗਤ ਰੂਪ ਵਿੱਚ ਯੋਗੀ ਜੀ ਨੂੰ ਜਾਣਦਾ ਸੀ ਸਿੰਘ ਸਾਹਿਬ ਨੂੰ ਜਾਣਦਾ ਸੀ ਤੇ ਉਹਨਾਂ ਨੂੰ ਸਿੰਘ ਸਾਹਿਬ ਨੂੰ ਸਰਕਾਰੀ ਨੌਕਰੀ ਗਵਰਨਮੈਂਟ ਦੀ ਨੌਕਰੀ ਤੋਂ ਬਾਅਦ ਉਹ ਦਿੱਲੀ ਤੋਂ ਇਹ ਸਰਕਾਰੀ ਨੌਕਰੀ ਤੋਂ ਬਾਅਦ ਉਹ ਜਿਹੜੇ ਨੇ ਅਮਰੀਕਾ ਕਦੋਂ ਆਂਦੇ ਨੇ ਕਿੰਨ ਹਾਲਾਤਾਂ ਚ ਆਂਦੇ ਨੇ ਔਰ ਇੱਥੇ ਆ ਕੇ ਕਿਵੇਂ ਉਹ ਇੱਕ ਚੀਜ਼ ਨੂੰ ਸਟੈਬਲਿਸ਼ ਕਰਦੇ ਆ ਜਿਹਨੂੰ ਅਸੀਂ 3H O ਉਹ ਜਿਹੜੀ ਗੱਲ ਕਰਦੇ ਆ ਉਹਦੇ ਬਾਰੇ ਸਾਨੂੰ ਇੱਥੋਂ ਤੱਕ ਜਾਣਕਾਰੀ ਦਿਓ ਫਿਰ ਅਗਲੇ ਸਵਾਲ 'ਤੇ ਗੱਲ ਕਰਾਂਗੇ ਦੇਖੋ ਜੀ yogi ਸਾਹਿਬ 1969 ਵਿੱਚ ਦਿੱਲੀ ਤੋਂ ਅਮਰੀਕਾ ਦੀ ਜਗ੍ਹਾ ਪਹਿਲਾਂ ਕੈਨੇਡਾ ਹੈ ਕਿਉਂਕਿ ਉਹਨਾਂ ਨੂੰ ਕੈਨੇਡਾ ਪੋਸਟਲ ਵੀਜ਼ਾ ਮਿਲਿਆ ਸੀਗਾ ਤੇ ਉੱਥੇ ਇੱਕ ਯੋਗਾ ਇਨਸਟ੍ਰਕਟਰ ਦੀ ਪੋਜੀਸ਼ਨ ਖਾਲੀ ਸੀ ਯੂਨੀਵਰਸਿਟੀ 'ਚ ਉਹ ਉੱਥੇ ਉਸ ਪੋਜੀਸ਼ਨ ਨੂੰ ਫੁੱਲਫਿਲ ਕਰਨ ਆਏ ਸੀਗੇ ਜਦੋਂ ਉਹ ਕੈਨੇਡਾ ਟੋਰੰਟੋ 에য়ারਪੋਰਟ ਪਹੁੰਚੇ ਤੇ ਉਹਨਾਂ ਨੂੰ ਕਿਸ ਨੇ ਪਿਕ ਕਰਨ ਨਾ ਸੀਗਾ ਜਿਨ੍ਹਾਂ ਨੇ ਉਹਨਾਂ ਨੂੰ ਪਿਕ ਕਰਨ ਨਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਪਾਂਸਰ ਕੀਤਾ ਸੀ ਉਹਦੀ ਡੈਥ ਹੋ ਗਈ ਮਾਈਕਲ ਉਹ ਇਹ 에어ਪੋਰਟ ਤੇ ਬੈਠੇ ਰਹੇਗੇ ਸਮਾਨ ਬਰਫਾਂ ਦੇ ਦਿਨ ਸੀਗੇ ਉੱਥੇ ਸਾਡੇ ਥੋੜੇ ਸਰਦਾਰ ਸੀਗੇ ਤੇ ਇਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਿਸ ਨੇ ਦੇਖਿਆ ਕਿ ਇਹ ਚੰਗਾ ਪਲਾ ਸਰਦਾਰ ਸਾਹਮਣੇ ਖੜਾ ਹੈ ਉਹਨੇ ਪੁੱਛਿਆ ਕਿੱਥੇ ਹੈਗੇ ਉਹਨਾਂ ਨੇ ਕਿਹਾ ਜੀ ਮੈਂ ਤਾਂ ਮੈਨੂੰ ਪਿਕਰਨਾ ਸੀ ਉਹ ਤੇ ਆਇਆ ਕੋਈ ਨਹੀਂ ਮਗਰ ਇਹ ਐਡਰੈਸ ਹੈਗਾ ਇੱਥੇ ਲੈ ਜਾਓ ਉਹ ਕਹਿੰਦੇ ਸੀ ਛੱਡ ਦਿੰਨੇ ਆ ਉਹਨੇ ਲਿਆ ਕੇ ਜੋ ਮੇਰੇ ਮਾਸੀ ਉੱਥੇ ਰਹਿੰਦੇ ਸੀ ਉਹਨਾਂ ਦੇ ਘਰ ਪਹੁੰਚਾਤਾ ਸੋਨੀ ਸਾਹਿਬ ਅੱਛਾ ਸੋ ਉਹ ਤੋਂ ਇਸਨ ਸਲਿਸ਼ ਰੋਇਆ ਕਰਦੇ ਕਰਦੇ ਉਹ ਉੱਥੇ ਸਮਝ ਨਹੀਂ ਆਈ ਉੱਥੇ ਇਹਨਾਂ ਨੇ ਉਹਨਾਂ ਨੇ ਕਿਹਾ ਜੀ ਸਾਰੇ ਕੰਮ ਕਰ ਦਿੰਨੇ ਹੋ ਤੁਸੀਂ ਵੀ ਕੰਮ ਕਰੋ ਉਸ ਲਈ ਇਹਨਾਂ ਨੇ ਉੱਥੇ ਜੌਬ ਮਿਲੀ ਰਾਤੀ ਸੁਪਰਵਾਈਜ਼ਰ ਕੀ ਫੈਕਟਰੀ ਸੀਗੀ ਉੱਥੇ ਸਾਫ ਕਰੋ ਯੋਗੀ ਸਾਹਿਬ ਨੇ ਪਹਿਲਾਂ ਫੈਕਟਰੀ ਸਾਫ ਕਰਨ ਦਾ ਉਸ ਤੇ ਕੰਮ ਕੀਤਾ ਹੋਏ ਹੋਏ ਕੀ ਆ ਗੱਲ ਇਹਨਾਂ ਨੇ ਕਿਹਾ ਜੀ ਮੈਂ ਤਾਂ ਕਿੰਨੇ ਯੋਗਾ ਪੜ੍ਹਾਣ ਆਇਆ ਸੀਗਾ ਤੇ ਗੱਲ ਗੁਰੂ ਦੀ ਕਰਨੀ ਸੀਗੀ ਮਗਰ ਇਹ ਕੰਮ ਜਿਹੜਾ ਕਾਰਚਮੇ ਰਿਹਾ ਮੈਂ ਸੁਟ ਨਹੀਂ ਕਰਦਾ ਪਿਆ ਉਹਨਾਂ ਦੇ ਇੱਕ ਮਿੱਤਰ ਸੀਗੇ ਜਿਹੜੇ ਆ ਸੀਗੇ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਗੱਲ ਹੋਈ ਤੇ ਉਹਨਾਂ ਨੇ ਕਿਹਾ ਐਦਾਂ ਹੈ ਕਿ ਤੁਸੀਂ ਕੈਲੀਫੋਰਨੀਆ ਕਿਉਂ ਨਹੀਂ ਆ ਜਾਂਦੇ ਤੇ ਇੱਕ ਕਾਫੀ ਸਿੱਖ ਡਾਇਨਿਟਿ ਚ ਬੜੀ ਉੱਚੀ ਹਸਤੀ ਦੇ ਮਾਲਕ ਨੇ ਤੇ ਉਹ ਲਾਸ ਐਂਜਲਸ ਹੀ ਰਹਿੰਦੇ ਨੇ ਅੱਛਾ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਇਹ ਟ੍ਰਾਂਟੋ ਤੋਂ ਲਾਸ ਐਂਜਲਸ ਪਹੁੰਚ ਗਏ ਹੂੰ ਸੋ ਲਾਸ ਐਂਜਲਸ ਆ ਕੇ ਹੁਣ ਕਰਨ ਨੂੰ ਕੁਝ ਨਹੀਂ ਸੀਗਾ ਇਹਨਾਂ ਨੇ YMCA ਤੇ ਇਹ ਇਹ ਲਾਸ ਲਾਸ ਐਂਜਲਸ ਕਿਹੜੇ ਸਾਲ ਚਾਹੁੰਦੇ ਨੇ ਉਹ ਉਹ ਜੀ ਉਹ 69 ਵਿੱਚ ਅੱਛਾ ਇਮੀਡੀਏਟਲੀ ਨਹੀਂ ਚ ਮੇਰੇ ਹਾਂਜੀ ਕੁਝ ਮਹੀਨਾ ਬਾਅਦ ਉੱਥੇ ਆਪਣਾ ਲਾਸ ਐਂਡਲਸ ਪਹੁੰਚ ਗਏ ਅੱਛਾ ਤੇ ਉੱਥੇ ਜਾ ਕੇ ਇੱਕ ਜੌਬ ਜੀ ਮਿਲੀ ਜਿਹੜੀ ਸੀਗੀ ਵਾਈਮਸ ਵਿੱਚ ਯੋਗਾ ਦੀ ਹਮ ਫਿਰ ਉਹ ਉੱਥੇ ਗਏ ਤੇ ਉੱਥੇ ਜਦੋਂ ਪਹੁੰਚੇ ਤੇ ਅੱਗੇ ਬੰਦਾ ਹੀ ਕੋਈ ਨਹੀਂ ਹਮ ਉਹ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਹੋਣੀ ਆ ਟਾਈਮ ਦੀ ਤੇ ਇਹਨਾਂ ਨੇ ਇਹਨਾਂ ਨੇ ਬੈਠ ਕੇ ਬਿਨਾ ਕਿਸੇ ਇਨਸਾਨ ਦੇ ਸਾਹਮਣੇ ਬੈਠੇ ਹੋਏ ਇਹਨਾਂ ਨੇ ਕਲਾਸ ਪੜਾਈ ਕਹਿੰਦੇ ਮੈਨੂੰ ਮੈਂ ਕਲਾਸ ਪੜਾਣੀ ਹੈ ਬਾਕੀ ਬੰਦੇ ਤੇ ਗੁਰੂ ਨੇ ਭੇਜਨੇ ਨੇ ਸੋ ਇਹਨਾਂ ਨੇ ਇਕੱਲੇ ਬੈ ਕੇ ਕਲਾਸ ਪੜਾ ਕੇ ਆ ਗਏ ਉਹ ਜਿਹੜਾ ਆਰਗੇਨਾਈਜ਼ਰ ਸੀਗਾ ਉਹਨੇ ਕਿਹਾ ਇਹ ਤੇ ਮਿਸ ਅੰਡਰਸਟੈਂਡਿੰਗ ਹੈ ਤੁਸੀਂ ਤੇ ਕਲਾਸ ਪੜਾਣੀ ਸੀਗੀ ਤੇ ਉਹ ਸਾਡੇ ਕੋਲ ਚੁੱਕੋਗੇ ਹੁਣ ਤੁਸੀਂ ਰੈਗੂਲਰ ਤਰੀਕੇ ਤੇ ਆ ਕੇ ਕਲਾਸ ਪੜਾਓ ਇਹਨਾਂ ਨੇ ਕੁਝ ਦਿਨ ਉੱਥੇ ਕਲਾਸ ਪੜਾਈ ਤੇ ਉਹਦੇ ਬਾਅਦ ਕਲਾਸ ਇਚ ਇੱਕ ਦੋ ਸਟੂਡੈਂਟ ਜਿਹੜੇ ਆਏ ਉਹਨਾਂ ਚ ਇੱਕ ਨੇ ਕਿਹਾ ਦੇਖੋ ਇਹ ਕਲਾਸ ਦਾ ਟਾਈਮਿੰਗ ਜਿਹੜਾ ਹੈ ਠੀਕ ਨਹੀਂ ਬੰਦਾ ਤੁਸੀਂ ਮੇਰਾ ਇੱਕ ਸਟੋਰ ਹੈਗਾ ਤੇ ਇੱਥੇ ਤੁਸੀਂ ਆ ਕੇ ਕਲਾਸ ਪੜਾਇਆ ਕਰੋ ਸ਼ਾਮੀ ਉਹਦਾ ਫਰਨੀਚਰ ਦਾ ਸਟੋਰ ਸੀਗਾ ਉਹ ਉਹਨੇ ਫਰਨੀਚਰ ਢਾ ਦੇਣਾ ਸਟੂਡੈਂਟਸ ਨੇ yogi ਸਾਹਿਬ ਨੇ ਉੱਥੇ ਯੋਗਾ ਦੀ ਕਲਾਸ ਪੜਾਣੀ ਤੇ ਨਾਲ ਵਾਇਗੁਰ ਦਾ ਨਾਮ ਜਪਾਣਾ ਹੂੰ ਇਹ ਲੋਕ ਜਿਹੜੇ ਸੀਗੇ ਉਸ ਟਾਈਮ ਵਿੱਚ ਜਿਹੜਾ ਸੀਗਾ 70s ਵਿੱਚ हिप्पी ਨੇਸ਼ਨ ਅਮਰੀਕਾ 'ਚ ਬੜਾ ਪਾਪੂਲਰ ਸੀਗਾ ਜਿਹਦੇ 'ਚ ਡਰੱਗਸ ਤੇ ਥੋੜਾ ਰੈਬੈਲਿਅਸ ਜਿਹਾ ਮਾਹੌਲ ਸੀਗਾ ਤੇ ਸਾਰੇ ਥੋੜੀ ਜਨਤਾ ਥੋੜੀ ਬਾਗੀ ਜੀ ਹੋਈ ਸੀ ਉਸ ਹਿਸਾਬ ਨਾਲ ਕਲਚਰ ਦੇ ਹਿਸਾਬ ਨਾਲ ਜੀ ਮਤਲਬ ਕਲਚਰ ਤੋਂ ਬਾਗੀ ਹੋਏ ਸਨ ਕਲਚਰ ਕਲਚਰ ਤੋਂ ਬਾਗੀ ਹੋਏ ਸਨ ਬਿਲਕੁਲ ਜੀ ਯੋਗੀ ਸਾਹਿਬ ਨੇ ਉਸ ਲਈ ਕਿਹਾ ਕਿ ਤੁਸੀਂ ਇਹ ਜਿਹੜੀ ਡਰੱਗਸ ਲੈਂਦੇ ਹੋ ਇਹਨਾਂ ਦੀ ਜ਼ਰੂਰਤ ਕੋਈ ਨਹੀਂ ਇਹ ਤਾਂ ਨਾਂ ਦੀ ਖੁਮਾਰੀ ਜਿਹੜੀ ਹੈ ਉਹ ਹੀ ਬੜੀ ਹੈਗੀ ਤੁਸੀਂ ਪ੍ਰੈਕਟਿਸ ਕਰਕੇ ਤੇ ਦੇਖੋ ਯੋਗੀ ਸਾਹਿਬ ਨੇ ਗੱਲ ਤਾਂ ਆਂਦੀ ਹੈ ਜੀ ਯੋਗਾ ਦੀ ਮਗਰ ਕੁੰਡਲੀ ਨਹੀਂ ਯੋਗਾ ਜਿੱਦ ਦੇ ਨਾਲ ਯੋਗੀ ਸਾਹਿਬ ਨੇ ਇੱਕ ਬੜੀ ਬੜੀ ਸੋਚ ਵਾਲੇ ਇਨਸਾਨ ਸੀਗੇ ਉਹਨਾਂ ਨੇ 2 2.5 ਘੰਟੇ ਬਿਠਾ ਕੇ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਚ ਪਾ ਦੇਣਾ ਤਨ ਤਨ ਗੁਰੂ ਰਾਮਦਾਸ ਦਾ ਜਾਪ ਚ ਪਾ ਦੇਣਾ ਮੂਲ ਮੰਤਰ ਚ ਪਾ ਦੇਣਾ ਹੁੰਦੇ ਜਿਹੜਾ ਬੰਦਾ ਬੈਠ ਕੇ 2 2.5 ਘੰਟੇ ਇਹ ਨਾਮ ਜਪਦਾ ਪਿਆ ਗੁਰੂ ਨੇ ਤਾਂ ਮੇਰ ਕਰਨੀ ਕਰਨੀ ਹੈਗੀ ਬਿਲਕੁਲ ਠੀਕ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਜੀ ਇਸ ਚੀਜ਼ ਦਾ ਮਜ਼ਾ ਆ ਗਿਆ ਪਹਿਲੀ ਗੱਲ ਤਾਂ ਜੀ 2 2.5 ਘੰਟੇ ਬੈਣਾ ਹੀ ਬੰਦੇ ਵਾਸਤੇ ਬੜਾ ਵੱਡੀ ਗੱਲ ਹੈ ਹਮਮ ਕਿਸੇ ਕਹਿ ਤ ਜਿੰਨੇ 2.5 ਘੰਟੇ ਬੈ ਕੇ ਵੇਖੋ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਕੰਦੇ ਨੇ ਇਹ ਆਪਣੇ ਆਪ ਵਿੱਚ ਯੋਗ ਹੈਗੀ ਜੇ ਸਰੀਰ ਸਵਸਥ ਨਹੀਂ ਹੈ ਤਾਂ ਉਹ ਕੱਟੇ ਨਹੀਂ ਬੈ ਸਕਦੇ ਨੇ بیٹھ ਸਰ ਲੋ ਜੀ ਲੋਗਾਂ ਨੂੰ ਲੋਗਾਂ ਨੂੰ ਇਸ ਚੀਜ਼ ਦਾ ਬੜਾਨਾ ਨਾਨਾ ਸ਼ੁਰੂ ਹੋ ਗਿਆ ਕਰਮਾਂ ਆ ਤੇ ਗੁਰੂ ਨੇ ਕਰਨੇ ਸੀਗੀ ਸੋ ਉਹ ਉਸ ਚੀਜ਼ ਦੇ ਨਾਲ ਇਹ ਗੱਲ ਵੱਧੀ ਕਿ ਇਹ ਜਿਹੜਾ ਬੰਦਾ ਆਇਆ ਕੋਈ ਸਰਦਾਰ ਯੋਗੀ ਆਇਆ ਹੈ ਇਹ ਜੋ ਚਪੰਦਾ ਹੈ ਇਹ ਬੰਦੇ ਦੀ ਫਿਕਰਤ ਬਦਲ ਦਿੰਦਾ ਔਰ ਇਹ ਜਿਹੜਾ ਹਾਈ ਹੈ ਇਹ ਬਖਸ ਤੋਂ ਜ਼ਿਆਦਾ ਚੰਗਾ ਹੈ ਉਹ ਥੋੜੀ ਕਮਿਊਨਿਟੀ ਜੇ ਕਰਾ ਸ਼ੁਰੂ ਹੋਈਆਂ ਤੇ ਲੋਕ ਇਸ ਯੋਗੀ ਜੀ ਦੀ ਕਲਾਸਾਂ ਨਾਲ ਜੁੜਨੇ ਸ਼ੁਰੂ ਹੋ ਗਏ। ਹੂੰ ਤੇ ਡਾਕਟਰ ਐਲ ਐਚ ਹੈਗੇ ਡਾਕਟਰ ਮਰਵਾ ਜੀ ਜਿਨ੍ਹਾਂ ਨੂੰ ਕਾਫੀ ਦੁਨੀਆ ਜਾਣਦੀ ਵੀ ਹੈਗੀ। ਜਿਨ੍ਹਾਂ ਯੋਗੀ ਸਾਹਿਬ ਨੂੰ ਲਾਸੈਂਲਿਸ ਬੁਲਾਇਆ ਸੀਗਾ ਉਸ ਟਾਈਮ ਤੇ। ਕਿਉਂਕਿ ਉਹਨਾਂ ਦੀ ਮਚੂਦਾ ਸੀਗੀ ਪ੍ਰਾਪਤੀ ਦੀ ਮਸ਼ਾ। ਸੋ ਡਾਕਟਰ ਮਰਵਾ ਸਾਹਿਬ ਨੇ ਕਿਹਾ ਕਿ ਯੋਗੀ ਸਾਹਿਬ ਤੁਸੀਂ ਇਹ ਕਹਿੰਦੇ ਨੇ ਕਲਾਸਾਂ ਪੜਾ ਕੇ ਕਿਦਾਂ ਗੁਜ਼ਾਰਾ ਕਰੋਗੇ ਕਹਿੰਦਾ ਕਰਵਾ ਕਰਵਾਣਾ ਤੇ ਗੁਰੂ ਨੇ ਜੋ ਕੰਮ ਕਰਵਾਣਾ ਹੈ ਮਨੁੱਖਾਂ ਨੇ ਯੋਗ ਇਸ ਯੋਗ ਨੂੰ ਅੱਗੇ ਵਧਾਣਾ ਹੂੰ ਸੋ ਉੱਥੋਂ ਜੀ ਇਹ ਗੱਲ ਸ਼ੁਰੂ ਹੋਈ ਯੋਗੀ ਸਾਹਿਬ ਦੀ ਇੱਕ ਜਿਹੜੀ ਗੱਲ ਮੈਂ ਬੜੀ ਨਜ਼ਦੀਕੀ ਦੇਖੀ ਹੈ ਉਹ ਗੁਰੂ ਦੇ ਮਿਸ਼ਨ ਵਿੱਚ ਪੂਰੇ ਟਲੇ ਹੋਏ ਸੀਗੇ ਜਿਹੜੀ ਦੇ ਸਾਹਮਣੇ ਗੁਰੂ ਦੇ ਸਾਹਮਣੇ ਨਾ ਪਰਿਵਾਰ ਨਾ ਪੈਸਾ ਨਾ ਕੋਈ ਹੋਰ ਚੀਜ਼ ਉਹਨਾਂ ਦੇ ਸਾਹਮਣੇ ਸੀਗੇ ਉਹ ਹਰ ਚੀਜ਼ ਨੂੰ ਸੈਕਰੀਫਾਈਜ਼ ਕਰਨ ਦੇ ਹਿੰਮਤ ਰੱਖਦੇ ਸੀਗੇ ਕਿ ਗੁਰੂ ਦਾ ਜਿਹੜਾ ਮਿਸ਼ਨ ਹੈ ਇਹ ਨੰਬਰ 1 ਹੈ ਇਹ ਸਭ ਤੋਂ ਉੱਚਾ ਹੈ ਬਾਕੀ ਸਭ ਕੁਝ ਜਿਹੜਾ ਦੂਜਾ ਹੈ ਔਰ ਉਹਨਾਂ ਦਾ ਜਿਹੜਾ ਭਾਈ ਕੁਲਬੀਰ ਭਾਈ ਕੁਲਬੀਰ ਸਿੰਘ ਭਾਈ ਕੁਲਬੀਰ ਸਿੰਘ ਜੇ ਮੈਨੂੰ ਲੱਗਦਾ ਹੈ ਕਿ ਜਿਹੜਾ ਯੋਗੀ ਜੀ ਨੇ ਹਾਲਾਂਕਿ ਸਿੱਖੀ ਸਿਧਾਂਤਾਂ ਵਿੱਚ ਯੋਗ ਦੀ ਜਿਹੜੀ ਹੈ ਉਹ ਕੋਈ ਮਤਲਬ ਉਹ ਨਹੀਂ ਹੈਗੀ ਲੇਕਿਨ ਸਿੱਖੀ ਸਿਧਾਂਤਾਂ ਦੇ ਵਿਚਕਾਰ ਉਹਨਾਂ ਨੇ ਸਿੱਖੀ ਨੂੰ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਇੱਕ ਵਿਧੀ ਰੂਪ ਜਿਹੜਾ ਹੈ ਉਹਨੂੰ ਅਪਰਾ ਕੇ ਲੋਕਾਂ ਨੂੰ ਗੁਰੂ ਰਾਮਦਾਸ ਗੁਰੂ ਨਗਰੰਥ ਸਾਹਿਬ ਤੇ ਗੁਰਬਾਣੀ ਔਰ ਜਪ ਸਾਹਿਬ ਦੀ ਬਾਣੀ ਦੇ ਨਾਲ ਗੁਰੂ ਸਾਹਿਬ ਨਾਲ ਜੋੜਨ ਦਾ ਇੱਕ ਉਹਨਾਂ ਨੇ ਵਿਧੀ ਜੀ ਬਣਾ ਲਈ ਔਰ ਜਿਸ ਵਿਧੀ ਨੂੰ ਲੋਕਾਂ ਨੇ ਐਕਸੈਪਟ ਕਰ ਲਿਆ ਔਰ ਉਹ ਜਿਹੜੀ ਐਕਸੈਪਸ਼ਨ ਸੀ ਉਹਨੇ ਉਹਨਾਂ ਨੂੰ ਇੱਕ ਨਵੇਂ ਜੀਵਨ ਦੇ ਸ਼ੁਰੂਆਤ ਕਰ ਦਿੱਤੀ ਕਿ ਇਹ ਇਹ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਜੀ ਇਹ ਗੱਲ 'ਚ ਇੱਕਦਮ ਸੱਤ ਹੈਗਾ ਕਿ yogi ਸਾਹਿਬ ਨੇ ਜਿਹੜਾ ਉਸਲੇ ਬੁੱਟਾ ਲਾਇਆ ਸੀਗਾ ਵਿਧੀ ਭਾਵੇਂ ਯੋਗਾ ਦੀ ਹੋਏ ਮਹਾਰਾਜੀ ਤੁਪਨਾ ਦੀ ਹੈ ਸਵਾਸ ਸਵਾਸ ਜਪਿਓ ਹਰ ਗੋਵਿੰਦ ਸਵਾਸਾਂ ਦੇ ਨਾਲ ਜਦੋਂ ਤੁਸੀਂ ਗੁਰੂ ਦਾ ਨਾਮ ਜਪਦੇ ਹੋ ਹਾਂਜੀ ਉਹ ਯੋਗਾ ਨਾਲ ਜੋੜ ਕੇ ਯੋਗੀ ਸਾਹਿਬ ਨੇ ਹਰ ਇੱਕ ਨੂੰ ਵਾਹਿਗੁਰੂ ਵਾਹਿਗੁਰੂ ਜਪਾਤਾ ਅੱਜ ਦੀ ਤਰੀਕ ਵਿੱਚ ਜੇ ਯੋਗੀ ਸਾਹਿਬ ਦਾ ਸੋਚ ਦਾ ਤੁਸੀਂ ਬੁੱਟਾ ਲਾਇਆ ਤਾਂ ਉਹਦਾ ਤੁਸੀਂ ਅੱਜ ਰਿਜ਼ਲਟ ਦੇਖੋ ਹਰ ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ ਹੈ ਕੋਈ ਐਸੀ ਪੋਪੂਲੇਸ਼ਨ ਨਹੀਂ ਹੈ ਜਿੱਥੇ ਅੱਜ ਗੁਰਨਾਨਕ ਦਾ ਨਾਮ ਨਹੀਂ ਲਿਆ ਜਾਂਦਾ ਅਦਾਸ਼ੀ ਜੀ ਹਜ਼ਾਰਾਂ ਲੋਕ ਨੇ ਮੈਂ ਖੁਦ ਪਿਛਲੀ ਫਰਵਰੀ ਜਾ ਕੇ ਇੱਕ ਕਲਾਸ ਪੜਾ ਕੇ ਆਇਆ 350 ਬੰਦਾ ਮਾਸਕ ਵਿੱਚ ਜੀ ਮੇਰੀ ਕਲਾਸ ਵਿੱਚ ਸੀਗਾ ਤੇ ਬਾਕੀ ਜਿਹੜੇ ਇੰਟਰਨੈਟ ਦੇ ਨਾਲ ਜੁੜੇ ਸੀ ਹੋਰ ਕਈ 100 ਬੰਦੇ ਇੰਟਰਨੈਟ ਦੇ ਨਾਲ ਜੁੜੇ ਸੀਗੇ ਓਕੇ ਸਾਲ ਪਹਿਲੇ ਸਾਲ ਦੀ ਜੀ ਕਲਾਸ ਪੜਾਈ 2 ਘੰਟੇ ਦੀ ਕਲਾਸ ਹੋਈ ਜੀ ਜਿਹਦੇ ਵਿੱਚ ਵਾਇਰਸ ਵਾਇਰਸ ਦੇ ਨਾਮ ਜਪਾਇਆ ਤੇ ਕੋਈ 14-1500 ਬੰਦਾ ਐ ਜ਼ੂਮ ਦੇ ਨਾਲ ਜੁੜਿਆ ਆਇਆ ਸੀ ਜੀ ਅੱਜ ਦੀ ਤੀਕੀ ਚ ਲੱਕੇ ਬੰਦਾ ਹੈ ਜੀ ਸਟੂਡੈਂਟ ਹੈਗਾ ਜਿਹੜਾ yogi ji ਦਾ ਜਿਹੜਾ vai guru vai guru ਜਪਦਾ ਤੇ ਅੱਗੇ ਪੜ੍ਹਾਉਂਦਾ ਹੈ ਪੜ੍ਹਾਉਂਦਾ ਤੇ ਪੜ੍ਹਾਉਂਦਾ ਹੈ ਜੀ ਪੜ੍ਹਾਉਂਦਾ ਹੈ ਜੀ ਯੋਗਾ ਦੇ ਇਨਸਟ੍ਰਕਟਰ ਹੈਗੇ ਜੀ ਜਿਹੜਾ vai guru vai guru ਮੂਲ ਮੰਤਰ ਜਪਜੀ ਸਾਹਿਬ ਮੇਰ ਤੋਂ ਸ਼ਾਇਦ ਚੰਗਾ ਬੋਲ ਲੈਂਦੇ ਨੇ ਮੈਂ ਤਾਂ ਹੈਰਾਨ ਹਾਂ ਕਿ ਉਹਨਾਂ ਦੀ ਜਿਹੜੀ ਪ੍ਰੋਨਨਸੀਏਸ਼ਨ ਹੈਗੀ ਉਹ ਸਾਡੇ ਤੋਂ ਵੀ ਚੰਗੀ ਹੈਗੀ ਮੈਂ ਤੇਰੀ ਪੁੱਛਿਆ ਕਿੱਥੋਂ ਸਿੱਧੇ ਕਹਿੰਦੇ ਜੀ ਇੰਟਰਨੈਟ ਤੋਂ ਸਭ ਕੁਝ ਮਿਲਦਾ ਅੱਜ ਕੱਲ ਔਰ ਇਹ ਤੁਸੀਂ ਕਦੀ ਦਰਬਾਰ ਜਾਓ ਜੀ ਤੁਸੀਂ ਦੇਖੋਗੇ ਬਹੁਤ ਸਾਰੇ ਗਰੁੱਪ ਜੀ ਉੱਥੇ ਵੈਸੇ ਵੀ ਆ ਕੇ ਮੱਥਾ ਟੇਕਦੇ ਨੇ ਕਿਉਂਕਿ ਯੋਗੀ ਸਾਹਿਬ ਨਾਲ ਜੁੜੇ ਹੋਏ ਨੇ ਗੁਰੂ ਘਰ ਨਾਲ ਜੁੜੇ ਹੋਏ ਨੇ ਉੱਥੇ ਮੈਂ ਜੀ ਪਿਛਲੇ ਸਾਲ ਗਿਆ ਉੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਤੇ ਮੈਨੂੰ ਇੱਕ ਗੁਰਾ ਸਿੰਘ ਜਿਹਨੂੰ ਕਹਿੰਦੇ ਨੇ ਮੈਨੂੰ ਕਿਸੇ ਮੈਨੇਜਰ ਸਾਹਿਬ ਦੇ ਨਾਲ ਸੀ ਔਰ ਕਹਿੰਦੇ ਦੇਖੋ ਜੀ ਗੁਰਾ ਸਿੰਘ ਤੁਹਾਡਾ ਜਾ ਰਿਹਾ ਹੈ ਯੋਗੀ ਸਾਹਿਬ ਦੇ ਨਾਲ ਜੋ ਵੀ ਜੋ ਫੋਰਨਰ ਜਿਹੜੇ ਹੁੰਦੇ ਨੇ ਉਹ ਸੋਚਦੇ ਬੁੜਾ ਨਿਰਦਾ ਨਿਰਦਾ ਉਹਨੇ ਕਹਿੰਦੇ ਨੇ ਵਸਤਰ ਸਜਾਏ ਹੋਏ ਦੋਸਤ ਕਰਨਾ ਲਾਲਚੀ ਨੇ ਕਹਿੰਦਾ ਓਵਰ ਫ੍ਰਮ ਕਹਿੰਦਾ డు ਯੂ ਨੋ ਦਿਸ ਮੈਨ ਕਹਿੰਦੇ ਨਹੀਂ ਕਹਿੰਦਾ ਹੀ ਇਜ਼ ਕੁਲਬੀਰ ਸਿੰਘ ਯੋਗੀ ਜੀ ਸਨ ਉਹ ਹਜ਼ਾ ਕੇ ਯੋਗੀ ਜੀ ਸਨ ਸਨ ਉਹ ਹੱਸ ਕੇ ਮਜ਼ਾਕ ਹੀ ਸੋਚ ਕੇ ਉਹ ਕਹਿੰਦਾ ਯੈਸ ਸ਼ੋਰ ਹੀ ਇਜ਼ ਤੇ ਕਹਿ ਕੇ ਚਲੇ ਗਿਆ ਤੇ ਮੈਂ ਮੈਂ ਕਹ ਰਹਿਣ ਦੇ ਉਹ ਅਗਲਾ ਚੰਦਾ ਪਿਆ ਨੂੰ ਜਾਣ ਦੇ ਚਲੇ ਗਿਆ ਜੀ ਜੀ ਮੰਮੀ ਭਾਈ ਸਾਹਿਬ ਮੈਂ ਅਸਾ ਪ੍ਰਕਰਮਾ ਕਰਦਾ ਪਿਆ ਸੀਗਾ ਉਹ ਉਹ ਬੰਦੇ ਦੇ ਨਾਲ ਇੱਕ ਹੋਰ ਨਿਆਂਗ ਸੀਗਾ ਜੀ ਉਹਨੇ ਨਹੀਂ ਉਹਨਾਂ ਨੇ ਮੈਨੂੰ ਦੂਰੋਂ ਫਤਿਹ ਗਜਾਈ ਮੈਂ ਵੀ ਦੂਰੋਂ ਫਤਿਹ ਗਜਾਤੀ ਪਰ ਕਰਮਾਇਤ ਅਗਲੇ ਦਿਨ ਜਦ ਮੈਂ ਹਾਲ ਬਾਜ਼ਾਰ ਤੋਂ ਨਿਕਲਦਾ ਪਿਆ ਸੀਗਾ ਉਹ ਮੈਨੂੰ ਦੇਖਿਆ ਉਹ ਦੌੜਦਾ ਦੌੜਦਾ ਆਇਆ ਕਹਿੰਦਾ ਯੂਰ ਕੁਡ ਹੀਡ ਸਿੰਗਸ ਕੰਫਿਊਜ਼ਿੰਗ ਯੋਗੀਸਨ ਮੈਂ ਕਿਹਾ ਯੈਸ ਜੀ ਆ ਮੈਂ ਤੁਹਾਨੂੰ ਆਈ ਟੋਲਡ ਯੂ ਯੈਸ ਕਹਿੰਦਾ ਜੀ ਆਮ ਸੌਰੀ ਬੜੇ ਪਿਆਰ ਨਾਲ ਮੈਨੂੰ ਗਲੇ ਮਿਲਿਆ ਕਹਿੰਦਾ ਜੀ ਮੈਂ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦਾ ਕੱਲ ਤੇ ਮੈਂ ਸੋਚਿਆ ਸੀ ਸ਼ਾਇਦ ਇਹ ਮੈਨੂੰ ਮਜ਼ਾਕ ਕਰਦਾ ਪਿਆ ਔਰ ਉਹ ਜਿਹੜੇ ਮੇਰੇ ਨਾਲ ਸੀ ਉਹਨੇ ਕਿਹਾ ਯੋਗੀ ਦਾ ਹੀ ਬੇਟਾ ਹੈਗਾ ਅ ਕੁਰਵੀਰ ਸਿੰਘ ਜੀ ਮੈਂ ਭਾਈ ਕੁਲਵੀਰ ਸਿੰਘ ਜੀ ਇੱਥੇ ਮੈਂ ਤੁਹਾਨੂੰ ਰੋਕ ਰਿਹਾ ਇੱਕ ਮਿੰਟ ਵਾਸਤੇ ਅ ਅਸੀਂ ਤੁਹਾਡੇ ਕੋਲੋਂ ਜਾਣਾਂਗੇ ਕਿ ਤੁਹਾਡੀਆਂ ਉਹਦੇ ਨਾਲ ਕੀ ਗੱਲਾਂ ਹੋਈਆਂ ਔਰ ਕਿਦਾਂ ਤੁਹਾਨੂੰ ਉਹਨੇ ਐਕਸਪ੍ਰੈਸ ਕੀਤਾ ਯੋਗੀ ਜੀ ਦਾ ਪਿਆਰ ਤੇ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਕਿ ਅੱਜ ਸਾਡੇ ਨਾਲ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਖਾਲਸਾ योगी ਜਿਨ੍ਹਾਂ ਨੂੰ ਕਿ ਯੋਗੀ ਭਜਨ ਕਰਕੇ ਜਾਣਿਆ ਜਾਂਦਾ ਹੈ ਔਰ ਉਹ ਮਨੁੱਖਤਾ ਦੀ ਸੇਵਾ ਔਰ ਗੁਰਗ੍ਰੰਥ ਸਾਹਿਬ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਵਿੱਚ ਜੋ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਆ ਕੇ ਕੰਮ ਸ਼ੁਰੂ ਕੀਤਾ ਔਰ ਉਸ ਕੰਮ ਨੇ ਅੱਜ ਦੁਨੀਆ ਭਰ ਦੇ ਵਿੱਚ ਜਿਸਾ ਹੁਣੇ ਕੁਲਵੀਰ ਸਿੰਘ ਜੀ ਦੱਸ ਰਹੇ ਸਨ ਕਿ ਰਸ਼ੀਆ ਦੇ ਵਿੱਚਕਾਰ ਜਿੱਦਾਂ ਉਹ ਬਾਣੀ ਦਾ ਸਿਮਰਨ ਕਰਦੇ ਰਸ਼ੀਅਨ ਜਿਹੜੇ ਨੇ ਔਰ ਕਿੱਡੀ ਵੱਡੀ ਤਦਾਦ ਦੇ ਵਿੱਚਕਾਰ ਉਹ ਬਾਣੀ ਨਾਲ ਜੁੜਦੇ ਪਏ ਨੇ ਇਸ ਚੀਜ਼ ਦਾ ਮਾਣ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਾਂਦਾ ਹੈ ਔਰ ਇਹ ਇੱਕ ਮਾਧਿਅਮ ਬਣਦਾ ਇਨਸਾਨ ਇੱਕ ਵਾਇਆ ਮੀਡੀਆ ਬਣਦਾ ਜਿਹਦੇ ਰਾਹੀਂ ਉਹ ਚੀਜ਼ ਪਹੁੰਚਾਈ ਜਾ ਸਕਦੀ ਹੈ ਅਗਰ ਕੋਈ ਜ਼ਿੰਦਗੀ ਦਾ ਤੁਹਾਡੇ ਕੋਲ ਵੀ ਤਜਰਬਾ ਹੈ ਔਰ ਤੁਸੀਂ ਸਾਡਾ ਸਾਂਝਾ ਕਰਨਾ ਚਾਹੁੰਦੇ ਹੋ ਤੇ ਕਰਿਏ ਦਿਲ ਦੀਆਂ ਗੱਲਾਂ ਦਾ ਪਲੇਟਫਾਰਮ ਜਿਹੜਾ ਹੈ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਿੱਖੀ ਚੈਨਲ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਗਰ ਆਪ ਜੀ ਸਾਡਾ ਸੰਪਰਕ ਕਰਨਾ ਚਾਹੁੰਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਆ ਰਿਹਾ ਹੈ ਸਾ ਜਗਜੀਤ ਸਿੰਘ ਜੀ ਦੀ ਧਰਤੀ ਹੋਰਾਂ ਦਾ ਔਰ ਦੂਜੇ ਪਾਸੇ सिखी चैनल की स्क्रीन आप जी हरजोत शाह रहे हो और नंबर से आप संपर्क करो और नंबर से संपर्क करके अपना नाम अपना फोन नंबर पाओ अं आप जी जरूर कॉल करा अगर मेरे न संपर्क करना चाहते हो कुमोहन सिंह से प्लस वन सिक्स फोर सैवन एट थ्री टू थ्री थ्री वन यानी कि छे सौ चार सत्त सौ तिरयासी तेई इकती आप जी मेरे संपर्क कर सदते हो आप वटसएप कॉल करो वट्सएप मैसेज दो मैं आप जी जरूर जवाब देंगा और ਹੁਣ ਕਰਦੇ ਆਂ ਦਿਲ ਦੀਆਂ ਗੱਲਾਂ ਕਰੀਏ ਦਿਲ ਦੀਆਂ ਗੱਲਾਂ ਸਰਦਾਰ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਸਿੰਘ ਸਾਹਿਬ ਹਰਪਜਨ ਸਿੰਘ ਯੋਗੀ ਹੋਰਾਂ ਦੇ ਬੇਟੇ ਨੇ ਮੈਂ ਉਹਨਾਂ ਨਾਲ ਗੱਲਬਾਤ ਦਾ سلسلہ ਜਾਰੀ ਰੱਖਾਂਗਾ ਸੋ ਤੁਹਾਡੀ ਗੱਲਬਾਤ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਗੋਰਾ ਸਿੰਘ ਤੁਹਾਨੂੰ ਮਿਲਦਾ ਹਾਲ ਬਾਜ਼ਾਰ ਦੇ ਅੰਦਰ ਔਰ ਤੁਹਾਨੂੰ ਉਹ ਗਲਵਕੜੀ ਚ ਲੈਂਦਾ ਪਹਿਲਾਂ ਤਾਂ ਉਹਨੇ ਸੋਚਿਆ ਹੋਣਾ ਕਿ ਸ਼ਾਇਦ ਮੇਰੇ ਵਰਗਾ ਹੀ ਹੀ ਇਜ਼ ਅ ਸਨ ਆਫ ਯੋਗੀ ਭਜਨ ਬਟ ਜਦੋਂ ਤੁਸੀਂ ਤੁਹਾਡੇ ਬਾਰੇ ਉਹਨੂੰ ਵੈਰੀਫਾਈ ਕਰ ਲਿਆ ਫਿਰ ਉਹਨੇ ਤੁਹਾਨੂੰ ਕੀ ਕਿਹਾ ਉਹ ਮੈਨੂੰ ਜੀ ਬੜੇ ਪਿਆਰ ਨਾਲ ਮਿਲਿਆ ਕਹਿੰਦਾ ਮੇਰੇ ਨਾਲ 25 ਲੋਕ ਆਏ ਹੋਏ ਨੇ ਤੇ ਸਾਡੇ ਤਨਪਾਖ ਹੋਣਗੇ ਕਿ ਤੁਸੀਂ ਉਹਨਾਂ ਨੂੰ ਲਾ ਕੇ ਗੱਲ ਕਰੋ ਤੇ ਉਹਨਾਂ ਨੂੰ ਦਰਸ਼ਨ ਦਿਓ ਖੈਰ ਜੀ ਮੈਂ ਉਹਨਾਂ ਨੂੰ ਮਿਲਿਆ ਉਸ ਗਰੁੱਪ ਵਿੱਚ ਉਸ ਉਸ ਟਾਈਮ ਜੀ ਮੈਨੂੰ ਰਸ਼ੀਆ ਦਾ ਗਰੁੱਪ ਮਿਲ ਗਿਆ ਉੱਥੇ ਜੋ ਯੂਗੀ ਸਾਹਿਬ ਦੇ ਅੱਛਾ ਉਹਦੇ ਬਾਅਦ ਪੂਰੇ ਤੋਂ ਲੋਕ ਆਏ ਉਸ ਗਰੁੱਪ ਉਹ ਵੀ ਮੈਨੂੰ ਉੱਥੇ ਮਿਲ ਗਏ ਇੱਕ ਲੰਡਨ ਤੋਂ ਆਏ ਹੋਏ ਸੀ ਗਰੁੱਪ ਜੀ ਉਹ ਵੀ ਮੈਨੂੰ ਥੋੜੇ ਉੱਥੇ ਮਿਲ ਗਏ ਅਮਰੀਕਾ ਤੋਂ ਆਇਆ ਸੀ ਚਾਰ ਪੰਜ ਗਰੁੱਪ ਜੀ ਗੋਲਡਨ ਟੈਂਪਲ ਮਹਾਰਾਜ ਦੇ ਉੱਥੇ ਆਏ yogi ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਇਹ ਜਿਹੜੀ ਮੇਰ ਮੇਰ ਤੇ ਹੋਈ ਹੈ ਇਹ ਮੈਨੂੰ ਪ੍ਰਕਰਮਾ ਸਾਫ਼ ਕਰਕੇ ਉਹ ਧੂਲ ਦੇ ਕਰਕੇ ਅੱਜ ਮੈਂ ਜੋ ਬਣਿਆ ਉਹਦਾ ਮੈਨੂੰ ਸਤਕਾ ਹੈਗਾ ਕਿ ਤੌਨੂੰ ਜ਼ਿੰਦਗੀ ਸਵਾਮੀਆ ਕੁ ਲੱਭਣਾ ਤੇ ਜਾ ਕੇ ਪ੍ਰਕਰਮਾ ਗੁਰੂ ਘਰ ਦੀ ਸਾਫ ਕਰੋ ਉੱਥੇ ਹੀ ਸਭ ਕੁਝ ਲੱਭਦਾ ਹੈ ਸੋ ਤੁਸੀਂ ਕਦੇ ਦੇਖੋਗੇ ਜਦੋਂ ਜਾਓ ਤੇ ਉੱਥੇ ਸਾਰੀ ਦੁਨੀਆ ਦੇ ਜਿਹੜੇ ਆਂਦੇ ਨੇ ਨਾ ਉਹ ਆ ਕੇ ਪ੍ਰਕਰਮਾ ਸਾਫ ਕਰ ਰਹੇ ਹੁੰਦੇ ਸੇਵਾ ਹੈ ਜਰੂਰ ਕਰ ਦਿੰਦੇ ਹਾਲਾਂਕਿ ਸਵੇਰੇ ਜਦੋਂ ਪ੍ਰਕਰਮਾ ਸਾਫ ਕਰਨ ਦੀ ਸੇਵਾ ਹੁੰਦੀ ਹੈ ਦੇਖੋਗੇ ਬਹੁਤ ਫੋਰਨਰ ਜਿਹੜੇ ਨੇ ਉਹ ਨਾਲ ਕਹਿੰਦੇ ਨੇ ਸੰਗਤ ਦੇ ਲਾਕੇ ਇਹ ਪ੍ਰਕਰਮਾ ਸਾਫ ਕਰ ਦਿੰਦੇ ਹੂ ਸੋ ਯੋਗੀ ਸਾਹਿਬ ਆ ਸਾ ਕੁਲਵੀਰ ਸਿੰਘ ਜੀ ਸਾ ਕੁਲਵੀਰ ਸਿੰਘ ਜੀ ਮੈਨੂੰ ਦੱਸਦੇ ਕਿ ਭਈ ਪ੍ਰਕਰਮਾ ਦਰਸ਼ਕੋ ਉਹ ਥਾਂ ਹੈ ਜਿਸ ਧਰਤੀ ਦੇ ਉੱਤੇ ਹਜ਼ਾਰਾਂ ਹਜ਼ਾਰਾਂ ਸਿੰਘਾਂ ਦੇ ਜਿਹੜੇ ਲਹੂ ਨੇ ਉਹ ਉਸ ਧਰਤੀ ਦੇ ਉੱਤੇ ਉਸ ਸਿੰਚੇ ਪਏ ਨੇ ਜਿਨ੍ਹਾਂ ਸ਼ਹਾਦਤਾਂ ਦੇ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਤੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਰੱਖਿਆ ਤੇ ਇੱਜ਼ਤ ਦੀ ਖਾਤਰ ਉਹਨਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਔਰ ਆਪਣਾ ਲਹੂ ਵੇਲੇ ਦੀਆਂ ਸਰਕਾਰਾਂ ਨੇ ਭਾਵੇਂ ਜੋ ਮਰਜ਼ੀ ਕੀਤਾ ਲੇਕਿਨ ਉਹਨਾਂ ਨੇ ਆਪਣਾ ਲਹੂ ਬਹਾ ਦਿੱਤਾ ਲੇਕਿਨ ਦਰਬਾਰ ਸਾਹਿਬ ਦੀ ਉਸ ਪ੍ਰਕਰਮਾਂ ਨੂੰ ਕਦੀ ਵੀ ਅਪਵਿੱਤਰ ਨਹੀਂ ਹੋਣ ਦਿੱਤਾ ਆਪਣੇ ਖੂਨ ਦੇ ਨਾਲ ਸਿੰਚਿਆ ਔਰ ਉਸ ਧਰਤੀ ਤੇ ਜਦੋਂ ਕਦੀ ਤੁਸੀਂ ਪੈਰ ਰੱਖੋ ਸੱਚ ਜਾਣਿਓ ੋਲੇ-ਪੋਲੇ ਪੈਰ ਰੱਖੋ ਤਾਂ ਕਿ ਤੁਹਾਨੂੰ ਲੱਗੂਗਾ ਕਿ ਉਹਨਾਂ ਸ਼ਹੀਦਾਂ ਦੇ ਲਹੂ ਤੋਂ ਅਸੀਂ ਲੰਘ ਕੇ ਜਾ ਰਹੇ ਹਾਂ ਜਿਹੜੇ ਲਹੂ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਆਪਣੀ ਆਪਣੀ ਜ਼ਿੰਦਗੀ ਨਹੀਂ ਦੇਖੀ ਉਹਨਾਂ ਨੇ ਗੁਰੂ ਦੀ ਇੱਜ਼ਤ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨੂੰ ਉਸ ਪਵਿੱਤਰਤਾ ਨੂੰ ਰੱਖਣ ਵਾਸਤੇ ਕੀਤਾ ਸੋ ਕੁਲਬੀਰ ਸਿੰਘ ਜੀ ਜਾਰੀ ਰੱਖੋ ਜੀ ਪਲੀਜ਼ ਸੋ योगी साहब ਦਾ ਹਮੇਸ਼ਾ ਇਹ ਕਹਿਣਾ ਸੀਗਾ ਸਾਡੇ ਪਰਿਵਾਰ ਨੂੰ ਜੋ ਪਿਆਰ ਮਿਲਿਆ ਹੈ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਹ ਗੁਰੂ ਰਾਮਦਾਸ ਦੇ ਘਰ ਦੀ ਹੀ ਅਸ਼ੀਰਵਾਦ ਹੈਗਾ ਜੇ ਤੁਹਾਨੂੰ ਕੁਝ ਚਾਹੀਦਾ ਹੈ ਤੁਸੀਂ ਵੀ ਜਾ ਕੇ ਗੁਰੂ ਘਰ ਸੇਵਾ ਕਰਕੇ ਲੈ ਸਕਦੇ ਹੋ ਕਿਉਂਕਿ ਉਹ ਘਰ ਨਾਲ ਹੀ ਜੁੜਨਾ ਜਿਹੜਾ ਹੈ ਸਭ ਤੋਂ ਉੱਤਮ ਚੀਜ਼ ਹੈਗੀ ਸੋ ਦੁਨੀਆ ਵਿੱਚ ਅਸੀਂ ਹਮੇਸ਼ਾ ਸੁਣਿਆ ਜੀ 96 ਕਰੋੜ ਖਾਲਸਾ ਸਜੇਗਾ ਜੀ ਹੁਣ ਕਿਸੇ ਨੇ ਨਹੀਂ ਕਿਹਾ 96 ਕਰੋੜ ਖਾਲਸਾ ਪੈਦਾ ਹੋਏਗਾ ਸੋ ਸੂਚੀ ਦਾ ਸੀਗਾ 96 ਕਰੋੜ ਖਾਲਸਾ ਸਜੇਗਾ ਕਿਦਾਂ ਸੋ ਜੀ ਯੋਗੀ ਸਾਹਿਬ ਨੇ ਇੱਕ ਸਕੂਲ ਖੋਲਿਆ ਉੱਥੇ ਪ੍ਰੀ ਪ੍ਰੀ ਸਕੂਲ ਅੰਮ੍ਰਿਤਸਰ ਵਿੱਚ ਜੋ ਦਾਸ ਨੂੰ ਉਹਨਾਂ ਨੇ ਸੇਵਾ ਬਖਸ਼ੀ ਮੈਂ 5 ਸਾਲ ਉੱਥੇ ਲਾਇ ਜੀ ਨਾਨਕ ਨਾਨਕ ਨਿਵਾਸ ਕਰਨੇ ਸਰਾ ਪਿੱਛੇ ਲਿਆ ਤੇ ਥੋੜਾ ਸਾ ਪ੍ਰਧਾਨ ਸੀਗੇ ਉਹਨਾਂ ਨੇ ਜ਼ਮੀਨ ਦਿੱਤੀ ਜੀ ਜੀ ਇੱਥੇ ਕੁਲਬੀਰ ਜੀ ਤੁਸੀਂ ਬਣਾਓ ਉਹ ਮੈਨੂੰ ਛੋਟੇ ਹੀ ਹੋ ਗਏ ਜੀ ਕਹਿੰਦੇ ਹੁੰਦੇ ਸੀਗੇ ਉਹ ਪਿਆਰ ਬੜਾ ਕਰਦੇ ਸੀਗੇ ਉਹ ਚਟਾ ਸਾਹਿਬ ਜੀ ਜ਼ਮੀਨ ਮਿਲੀ ਤੇ ਉੱਥੇ ਮੇਰੀ ਪ੍ਰਾਈਵੇਟ ਸਕੂਲ ਬਣਾਇਆ ਜੀ ਸੋ ਉਹ ਜਦੋਂ ਸ਼ੁਰੂਆਤ ਹੋਈ ਤੇ ਮੈਂ ਕੁਝ ਸਾਲ ਪਹਿਲਾਂ ਉੱਥੇ ਗਿਆ ਤੇ 22 ਦੇਸ਼ਾਂ ਦੇ ਬੱਚੇ ਉੱਥੇ ਆ ਕੇ ਪੜ੍ਹਦੇ ਪਏ ਸੀਗੇ ਔਰ ਗੁਰੂ ਘਰ ਨਾਲ ਜੁੜੇ ਹੋਏ ਰੋਜ਼ ਸਵੇਰੇ ਜਾ ਕੇ ਉਹਨਾਂ ਨੇ ਪ੍ਰਕਰਮਾ ਸਾਫ਼ ਕਰਨੀ ਆ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਉਥੇ ਬੈਠ ਕੇ ਮੈਨੂੰ ਅਹਿਸਾਸ ਹੋਇਆ ਮੈਂ ਕਿ ਜਦੋਂ ਯੂਈਸੀਓ ਕਹਿੰਦੇ ਸੀਗੇ ਕਿ ਇੱਕ ਖਾਲਸਾ ਦੁਨੀਆ ਵਿੱਚ ਰੂਲ ਕਰੇਗਾ ਜਾਂ ਦੁਨੀਆ 'ਚ ਰਾਜ ਕਰੇਗਾ ਖਾਲਸਾ ਕਿਦਾਂ ਕਰੇਗਾ ਮੈਂ ਕਿ 22 ਦੇਸ਼ਾਂ ਦੇ ਬੱਚੇ ਤੇ ਇੱਥੇ ਬੈਠ ਕੇ ਵਾਹਿਗੁਰੂ ਵਾਰੀ ਕਰਦਣੇ ਪਏ ਨੇ ਇਹ ਤਾਂ ਹਰ ਦੇਸ਼ ਜਾ ਕੇ ਗੁਰੂ ਦਾ ਮੈਸੇਜ ਇਹਨਾਂ ਨੇ ਪਹੁੰਚਾਣਾ ਹੈ ਔਰ ਸਿੱਖੀ ਨੂੰ ਕਾਇਮ ਕਰਨਾ ਹੈ ਸਿੱਖੀ ਸਿਰਫ ਪੰਜਾਬ ਵਾਲੇ ਲੋਕਾਂ ਵਾਸਤੇ ਨਹੀਂ ਰਹਿ ਗਈ ਯੋਗੀ ਸਾਹਿਬ ਨੇ ਜਿਹੜਾ ਮੁੱਦਾ ਲਾਇਆ ਇਹ ਹਰ ਦੇਸ਼ ਵਿੱਚ ਹਰ ਸ਼ਹਿਰ ਵਿੱਚ ਬਸਿਆ ਪਿਆ ਔਰ ਹਰ ਜਗ੍ਹਾ ਗੁਰਨਾਨਕ ਸਾਹਿਬ ਦੀ ਜਿਹੜੀ ਗੱਲਬਾਤ ਹੈ ਉਹਨਾਂ ਦਾ ਜਿਹੜਾ ਸਿਖਾਇਆ ਹੋਇਆ ਪਾਤ ਹੈਗਾ ਉਸ ਤੇ ਸਾਰੇ ਚੱਲਦੇ ਪਏ ਨੇ ਤੇ ਨਾਮ ਨਾਲ ਜੁੜੇ ਹੋਏ ਨੇ ਤੇ ਵਾਹਿਗੁਰੂ ਵਾਹਿਗੁਰੂ ਸਵੇਰੇ 5 ਵਜੇ ਉੱਠ ਕੇ ਸਾਰੇ ਸਾਰੇ ਲੱਗੇ ਹੁੰਦੇ ਨੇ ਜਿਹੜਾ ਕਿ ਅਸੀਂ ਵਿਚਰ ਜਾਨੇ ਆ ਇਸ ਚੀਜ਼ ਤੋਂ ਕਦੀ ਇਹ ਨਹੀਂ ਵਿਚਰਦਾ ਇਹ ਸਵੇਰੇ ਆਪਣੀ ਸਾਧਨਾ ਕਰਦੇ ਨੇ ਅੱਜ ਦੀ ਤਰੀਕ ਵਿੱਚ ਭਾਈ ਸਾਹਿਬ ਕੋਈ 20000 ਤੋਂ ਜ਼ਿਆਦਾ ਕੁੰਡਲਿੰਦੀ ਟੀਚਰ ਹੈਗੇ ਸਾਡੇ ਜਿਹੜੀ ਜੀਆਂ ਵਿੱਚ ਯੋਗ ਦੇ ਨਾਲ ਵਾਈ ਗੁਰੂ ਦਾ ਜਾਪ ਜਪਾਉਂਦੇ ਪਏ ਨੇ ਉਸ ਦਿਨ ਜੀ ਮੈਂ ਬੈਠਾ ਇੰਟਰਨੈਟ ਜੀ ਵੀ ਦੇਖ ਰਿਹਾ ਸੀਗਾ ਤੇ ਉੱਥੇ ਧੰਨ ਧੰਨ ਗੁਰੂ ਰਾਮਦਾਸ ਦੀ ਦਾ ਸ਼ਬਦ ਲੱਗਿਆ ਹੋਇਆ ਸੀਗਾ ਤੇ ਨਾਲ ਜੀ ਹੋਵਾ ਕੋਈ ਰਸ਼ੀਅਨ ਟੀਵੀ ਤੇ ਜੀ ਪੂਰੂ ਵਿੱਚ ਜੀ ਮੀਆਂ ਜੇਲ੍ਹ ਤੋਂ ਜੇਲਾਂ ਵਿੱਚ ਬੈਠ ਕੇ ਯੋਗਾ ਸਿਖਾਉਂਦੀ ਹੈ ਜਿਹੜੇ ਪ੍ਰिजनर्स ਹੈਗੇ ਇਹ ਕੰਮ ਤੇ ਜੀ ਹਰ ਲੈਵਲ ਤੇ ਸਕੂਲਾਂ ਵਿੱਚ ਪ੍ਰिजन ਵਿੱਚ ਜਿੱਥੇ ਵੀ ਤੁਸੀਂ ਮੈਂਟਲ ਇੰਸਟੀਟਿਊਸ਼ਨਜ਼ ਵਿੱਚ ਹਾਰਵਰਡ ਤੇ ਦੁਜੇ ਸਕੂਲਾਂ 'ਚ ਇਹਦੀ ਸਟੱਡੀ ਹੋ ਰਹੀ ਹੈ ਕਿ ਜੀ ਨਾਲ ਨਾਲ ਨਾਮ ਨਾਲ ਜੁੜ ਕੇ ਇਨਸਾਨ ਨੂੰ ਕੀ ਕੀ ਫਾਇਦੇ ਨੇ ਤੇ ਉਹਨਾਂ ਦੀ ਜਿਹੜੀ ਮੈਂਟਲ ਸਟੇਟ ਹੈ ਉਹ ਕਿੱਦਾਂ ਬਦਲਦੀ ਹੈ ਜੀ ਸੋ yogi ਸਾਹਿਬ ਜਿਹੜੇ ਸੀਗੇ ਉਹ ਬੜੀ ਅੱਗੇ ਦੀ ਸੋਚ ਲਾ ਕੇ ਓਕੇ ਚਲਾਇਆ ਮੈਨੂੰ ਅਜੇ ਤੱਕ ਯਾਦ ਹੈ ਜੀ 34 ਸਾਲ ਪਹਿਲਾਂ ਐਸਾ ਪਾਈ ਕੁਲ ਪਾਈ ਕੁਲਵੀਰ ਸਿੰਘ ਜੀ ਮੈਂ ਇੱਥੇ ਗੱਲ ਕਰ ਰਿਹਾ ਹਾਂ ਕਿ ਮੈਨੂੰ ਜਾ ਪਤਾ ਹੈ ਕਿ ਸਿੱਖੀ ਦੇ ਵਿਚਾਰ ਜਿਹੜੇ ਲੋਕਾਂ ਨੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਾਇਦ ਆਪਣੇ ਜੀਵਨ ਕਾਲ ਤੋਂ ਬਾਅਦ ਉਹ ਸ਼ਾਇਦ ਬਿਲਕੁਲ ਹੀ ਉੱਥੇ ਖਲਾਅ ਆ ਜਾਂਦਾ ਇੱਕ ਵੈਕਿਊਮ ਆ ਜਾਂਦਾ ਔਰ ਉਹ ਵੈਕਿਊਮ ਅਗਰ yogi bhajan ji ਦੇ ਮਿਸ਼ਨ ਦੇ ਵਿਚਾਰ ਨਹੀਂ ਆਇਆ ਤਾਂ ਉਹਦਾ ਕਾਰਨ ਮੈਂ ਸਮਝਦਾ ਵਿਊਰਸ ਨੂੰ ਵੀ ਦੱਸ ਰਿਹਾ ਔਰ ਸ਼ਾਇਦ ਤੁਹਾਡਾਂ ਨੂੰ ਵੀ ਸ਼ੇਅਰ ਕਰ ਰਿਹਾ ਮੇਰਾ ਵੀ ਪਰਸਨਲ ਹੈਗਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਹਰ ਮੰਦਰ ਸਾਹਿਬ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਜਿਸ ਕਰਕੇ ਅੱਜ ਉਹ ਮਿਸ਼ਨ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਅੰਦਰ ਜਿੱਥੇ ਤੁਸੀਂ ਕਿਤੇ ਵੀ ਜਾਓ ਤੁਹਾਨੂੰ ਲੱਗਦਾ ਕਿ ਰਸ਼ੀਅਨ ਟੀਵੀ ਦੇ ਉੱਤੇ ਅਗਰ ਉੱਥੇ ਸਿਮਰਨ ਕੀਤਾ ਜਾ ਰਿਹਾ ਹੈ ਪੈਰੂਸ਼ ਕੀਤਾ ਜਾ ਰਿਹਾ ਹੈ ਅਮਰੀਕਾ 'ਚ ਕੀਤਾ ਜਾ ਰਿਹਾ ਹੈ ਔਰ ਇਹ ਸਾਰੀਆਂ ਜਗ੍ਹਾ ਤੇ ਕੀਤਾ ਜਾ ਰਿਹਾ ਇਹ ਉਹਨਾਂ ਦੀ ਮਿਰਕਲ ਇੱਕ ਬੜੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਆਪਣੇ ਨਾਲ ਨਹੀਂ ਜੋੜਿਆ ਕਿ ਮੇਰੇ ਨਾਲ ਨਹੀਂ ਜੁੜੋ ਜਿਸ ਤਰ੍ਹਾਂ ਮੈਨੂੰ ਪਿਆਰ ਮਿਲਦਾ ਹੈ ਪਏ ਤੁਸੀਂ ਵੀ ਲੈਣਾ ਤੇ ਲਲੋ ਤੋਂ ਮੈਂ ਸਮਝਦਾ ਕਿ ਕੁਲਵੀਰ ਸਿੰਘ ਜੀ ਹੁਣ ਸਮਾਂ ਰਹਿ ਗਿਆ ਥੋੜਾ ਲੇਕਿਨ ਇਹ ਦੱਸੋ ਕਿ ਜੇ yogi ji ਤੋਂ ਬਾਅਦ ਤੁਸੀਂ ਇਸ ਮਿਸ਼ਨ ਦੀ ਜਿਹੜੀ ਬਾਗਡੋਰ ਨੂੰ ਅੱਗੇ ਉਸ ਸਿਮਰਨ ਦੇ ਮਿਸ਼ਨ ਨੂੰ ਲੈ ਕੇ ਅੱਗੇ ਤੁਰਿਓ ਅਗਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡੇ ਨੇੜੇ ਆਣਾ ਹੋਵੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਹੋਵੇ ਤੁਸੀਂ ਕਦੋਂ ਕਿਸ ਤਰ੍ਹਾਂ ਕਲਾਸ ਸਿੰਦੇ ਹੋ ਕਿੱਦਾਂ ਕਰਦੇ ਹੋ ਇਹ ਸਾਡੇ ਵਿਊਰ ਨੂੰ ਦੱਸੋ ਸਾਡੇ ਕੋਲ ਸਾਰੇ ਕੋ 4 ਕੁ ਮਿੰਟ ਹੈਗੇ ਨੇ ਅਸੀਂ ਤੁਹਾਡੇ ਕੋਲੋਂ ਕਿਉਂਕਿ ਅੱਜ ਕੋਈ ਫਾਇਦਾ ਲੈਣਾ ਚਾਹੁੰਦੇ ਆ ਤੁਹਾਡੇ ਕੋਲੋਂ ਕਿ ਕਦੀ ਵੀ ਜਿਹੜੇ ਸਾਡੇ ਵਿਊਰ ਨੇ ਇਸ ਗੱਲ ਦੀ ਨਿਰਾਸ਼ਤਾ ਵਿੱਚ ਨਾ ਜਾਣ ਕਿ ਯੋਗੀ ਜੀ ਤੋਂ ਬਾਅਦ ਸ਼ਾਇਦ ਮਿਸ਼ਨ ਮੁੱਕ ਗਿਆ ਮੁੱਕਿਆ ਨਹੀਂ ਹੈ ਉਹ ਕੁਲਵੀਰ ਜੀ ਦੱਸ ਰਹੇ ਨੇ ਕਿ ਮਿਸ਼ਨ ਮੁੱਕਿਆ ਨਹੀਂ ਹੈ ਇਹ ਜੋਤ ਜਗ ਚੁੱਕੀ ਹੈ ਔਰ ਜੋਕ ਨੂੰ ਹੁਣ ਸਿਰਫ ਉਸ ਜੋਤ ਨੂੰ ਘਿਓ ਪਾਣ ਦੀ ਲੋੜ ਹੈ ਜਗਾਈ ਰੱਖਣ ਦੀ ਲੋੜ ਹੈ ਸੋ ਕੁਲਵੀਰ ਸਿੰਘ ਜੀ ਤੁਸੀਂ ਦੱਸੋ ਦੇਖੋ ਜੀ ਪਹਿਲਾਂ ਤਾਂ ਮੇਰੇ ਮੇਰੇ ਨਾਲ ਜੇ ਜੁੜਨਾ ਹੈ ਤੇ ਗੁਰੂ ਦੇ ਘਰ ਆ ਕੇ ਜੁੜੋ ਕਿਉਂਕਿ ਸਭ ਕੁਝ ਜਿਹੜਾ ਹੈ ਗੁਰੂ ਘਰ ਹੀ ਚ ਹੈਗਾ ਜੀ ਸਾਰੇ ਸਾਡਾ ਪਰਿਵਾਰ ਜੀ ਇਸੇ ਹੀ ਮਿਸ਼ਨ ਤੇ ਲੱਗਿਆ ਹੋਇਆ ਕਿਉਂਕਿ ਇਹ ਦਾਤ ਜਿਹੜੀ ਗੁਰੂ ਨੇ ਸਾਡੇ ਪਰਿਵਾਰ 'ਚ ਦਿੱਤੀ ਹੈ ਉਹ ਬਹੁਤ ਹੀ ਮੱਤਵੈਗੀ ਤੇ ਸਾਡੇ ਵਾਸਤੇ ਇਹ ਸੇਵਾ 'ਚ ਲੱਗ ਕੇ ਆਪਣਾ ਜੀਵਨ ਸੌਲਾ ਕਰਨਾ ਮਹਾਰਾਜ ਦੀ ਕਿਰਪਾ ਨਾਲ ਮੇਰਾ ਦਾਇਗਾ ਬੀਬੀ ਜੀ ਅੱਜ ਵੀ ਕਹਿੰਦੇ ਨੇ ਕਾਇਮ ਨੇ ਉਹ ਸਾਡੇ ਆਰਗੇਨਾਈਜੇਸ਼ਨ ਦੇ ਹੈੱਡ ਨੇ ਤੇ ਉਹਨਾਂ ਨਾਲ ਅੱਜ ਵੀ ਕੰਨੇ ਪਲਾਸਾ ਪੜਾਉਂਦੇ ਨੇ ਤੇ ਦੁਨੀਆ ਜੁੜੀ ਹੋਈ ਹੈ ਮੈਂ ਜੀ ਨਿਊ ਮੈਕਸੀਕੋ ਰਹਿਣਾ ਔਰ yogi ਸਾਹਿਬ ਦੇ ਮਿਸ਼ਨ ਇੱਚੇ ਲੱਗੇ ਹੋਏ ਆ ਸਾਰੇ ਜਨੇ ਸੋ ਜੀ ਨੰਬਰ ਬੜਾ ਆਸਾਨ ਹੈ ਜੀ ਜਿਹੜਾ ਕਿ ਮੈਂ ਤੁਹਾਨੂੰ ਦੇ ਸਕਣਾ ਜੀ ਉਹਦੇ ਨਾਲ ਤੁਸੀਂ ਕਹਿੰਦੇ ਨੇ ਜੁੜ ਕੇ ਕਹਿੰਦੇ ਨੇ ਜਦੋਂ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ yogi ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਉਹਨਾਂ ਨੇ ਹਮੇਸ਼ਾ ਕਿਹਾ ਜੀ ਮੈਂ ਪੁੱਛਿਆਗਾ ਗੁਰੂ ਘਰ ਨਾਲ ਜੁੜੋ ਜਿੱਥੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲੇ ਹੈ ਔਰ ਮਹਾਰਾਜ ਦੀ ਕਿਰਪਾ ਮੇਰੇ ਤੇ ਹੋਈ ਹੈ ਉਹ ਤੁਹਾਡੇ ਤੇ ਵੀ ਹੋ ਸਕਦੀ ਹੈ ਸੋ ਮੈਂ ਸਾਰੀ ਸੰਗਤ ਨੂੰ ਇਹ ਹੀ ਅਰਦਾਸ ਕਰਾਂਗਾ ਗੁਰੂ ਘਰ ਦੀ ਜਿਹੜੀ ਜੋਤ ਹੈ ਇਹ ਤਾਂ ਦਿਆ ਆਲਰੇਡੀ ਜਲਿਆ ਆ ਇਹ ਸਿਰਫ ਇੱਕ ਜਗ੍ਹਾ ਨਹੀਂ ਹੁਣ ਤਾਂ ਸਾਰੀ ਦੁਨੀਆ ਚ ਫੈਲਿਆ ਹੋਇਆ ਹੈ ਔਰ ਬੜੇ ਉੱਠਣ ਕੇ ਜਿਹੜੀ ਯੋਗੀ ਭਜਨ ਤੋਂ ਵੀ 10 ਗੁਣਾ ਅੱਗੇ ਵੱਧ ਕੇ ਕੰਮ ਕਰਨਗੇ ਕਿਉਂਕਿ ਕੰਮ ਜਿਹੜਾ ਗੁਰੂ ਘਰ ਦਾ ਗੁਰੂ ਦਾ ਮਿਸ਼ਨ ਹੈਗਾ ਇਹ ਬੰਦੇ ਦੀ ਆਪਣੀ ਹੋਂਮੇ ਦਾ ਨਹੀਂ ਹੈ ਕਿਉਂਕਿ yogi ਸਾਹਿਬ ਨੇ ਕਦੀ ਆਪਣੀ ਹੋਂਮੇ ਨੂੰ ਅੱਗੇ ਕਰਕੇ ਨਹੀਂ ਦੇਖਿਆ ਉਹਨਾਂ ਨੇ ਕਿਹਾ ਦੇਖੋ ਐਜ਼ ਅ ਸਿੱਖ ਜਿਹੜੇ ਹੈਗੇ ਆ ਤੁਸੀਂ ਜੜਤ ਕਰੋ ਗੁਰੂ ਨਾਲ ਜੜੋ ਔਰ ਵੰਡ ਕੇ ਚੱਕੋ ਜਿਹੜਾ ਅੱਜ ਦੀ ਇਹ ਮਹਾਂਮਾਰੀ ਵਿੱਚ ਸਭ ਦੁਨੀਆ 'ਚ ਸਿੱਖ ਕੌਮ ਜਿਹੜੀ ਹੈ ਉਹ ਦੁਨੀਆ ਦੀ ਸੇਵਾ ਕਰ ਲੱਗੀ ਵਿੱਚ ਜੁੜੀ ਹੋਈ ਹੈ ਬਿਲਕੁਲ ਠੀਕ ਹੈ ਇਹ ਅੱਜ ਦਾ ਨਹੀਂ ਇਹ ਤਾਂ ਬਹੁਤ ਫਿਊਚਰਿਸਟਿਕ ਹੈਗਾ ਔਰ ਇਹ ਸੇਵਾ ਹੀ ਜਿਹੜੀ ਹੈਗੀ ਮਹਾਰਾਜ ਨੇ ਉਹ ਸਿੱਖ ਕੌਮ ਤੋਂ ਲੈਣੀ ਹੈ ਅੱਜ ਦੀ ਦੁਨੀਆ ਵਿੱਚ ਸਾਨੂੰ ਬਹੁਤ ਜ਼ਰੂਰੀ ਹੈ ਕਿ ਦੁਨੀਆ ਦਾ ਜਾ ਕੇ ਦਸੀਏ ਕਿ ਗੁਰੂ ਘਾਰੇ ਚੋਂ ਜਿਹੜੀਆਂ ਸਾਨੂੰ ਬਖਸ਼ਿਸ਼ਾਂ ਮਿਲੀਆਂ ਹੋਈਆਂ ਉਹ ਜਾ ਕੇ ਅਸੀਂ ਦੁਨੀਆ 'ਚ ਵੰਡੀਏ ਇੱਕ ਤਾਂ ਨੰਗਰ ਹੈਗਾ ਜਿਹੜੀ ਸੇਵਾ ਹੈਗੀ ਨਾਮ ਦੀ ਵੀ ਸੇਵਾ ਬਹੁਤ ਇੰਪੋਰਟੈਂਟ ਹੈਗੀ ਇਮੀਅਰ ਜਾ ਕੇ ਆਪਣੇ ਮਿਸ਼ਨ ਨੂੰ ਦੱਸਣਾ ਕਿ ਜੇ ਅਸੀਂ ਗੁਰੂ ਦੇ ਘਰ ਵਿੱਚ ਹੈਗੇ ਆਂ ਫਿਰ ਅਸੀਂ ਦੁਨੀਆ ਦੀ ਜਨਤਾ ਦੀ ਸੇਵਾ ਕਰਨ ਵਿੱਚ ਵੀ ਹੈਗੇ ਆਂ ਮਾਰ ਸੋ ਇਹ ਜਿਹੜਾ ਰੰਦਾ ਜਿਹੜਾ ਹੈਗਾ ਯੂਕਾਬ ਨੇ 40 ਸਾਲ 45 ਸਾਲ ਪਹਿਲਾਂ ਹੀ ਲਾ ਦਿੱਤਾ ਸੀਗਾ ਔਰ ਅੱਜ ਉਹ ਹਰ ਜਗ੍ਹਾ ਫਰਫੜਲਤ ਹੈਗਾ ਔਰ ਗੁਰੂ ਘਰ ਦੀ ਸੇਵਾ ਦੇ ਨਾਂ ਤੇ ਅੱਜ ਵੀ ਹਰ ਜਗ੍ਹਾ ਸੇਵਾ ਕਰਦੇ ਲੱਗੇ ਹੋਏ ਨੇ ਦੁਨੀਆ ਹਰ ਜਗ੍ਹਾ ਰਸ਼ੀਆ ਤੋਂ ਲੈ ਕੇ ਚਾਈਨਾ ਤੋਂ ਲੈ ਕੇ ਸਾਊਥ ਅਮਰੀਕਾ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਪੂਰੇ ਯੂਰਪੀ ਚ ਇਹ ਜਿਹੜੇ ਆ ਗੁਰੂ ਦਾ ਨਾਮ ਲਿੱਤਾ ਜਾਂਦਾ ਪਿਆ ਔਰ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਸਾਥ ਨਾਲ ਅਸੀਂ ਇਹ ਮਿਸ਼ਨ ਜਿਹੜਾ ਅੱਗੇ ਚਲਾਵਾਂਗੇ ਔਰ ਮਹਾਰਾਜ ਸਾਡੇ ਕੋਲ ਇਹੀ ਸੇਵਾ ਲੈਂਦਾ ਰਹੇ ਕਿਉਂਕਿ ਇਹਦੀ ਸੇਵਾ ਹੀ ਚ ਸਭ ਕੁਝ ਹੈਗਾ ਸੋ ਸਪਾਈ ਕੁਲਵੀਰ ਸਿੰਘ ਜੀ ਫਾਈ ਕੁਲਵੀਰ ਸਿੰਘ ਜੀ ਗੱਲ ਇਹ ਕਿ yogi ਭਜਨ ਹੋ ਰਹੇ ਨੇ ਗੁਰੂ ਸਾਹਿਬ ਦੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਬੂਟੇ ਨੂੰ ਲਾਇਆ ਸੀ ਔਰ ਦਸਾਂ ਪਾਤਸ਼ਾਹੀਆਂ ਨੇ ਜਿਹਨੂੰ ਦਰਖਤ ਦਾ ਰੂਪ ਦਿੱਤਾ ਸੀ ਉਹਦੇ ਪ੍ਰਸ਼ਾਦ ਨੂੰ ਸਿੰਘ ਸਾਹਿਬ ਹਰਪ੍ਰਜਨ ਸਿੰਘ ਜੀ ਖਾਲਸਾ ਹੋਰਾਂ ਨੇ ਪੂਰੇ ਸੰਸਾਰ 'ਚ ਵੰਡਿਆ ਔਰ ਤੁਸੀਂ ਉਸ ਪ੍ਰਸ਼ਾਦ ਨੂੰ ਅੱਗੇ ਵੰਡਦੇ ਪਏ ਹੋ ਔਰ ਅਸੀਂ ਚਾਹੁੰਦੇ ਆ ਕਿ ਤੁਸੀਂ ਉਸੇ ਤਰੀਕੇ ਦੇ ਨਾਲ ਆਇਤ ਨਹੀਂ ਕਹਿੰਦੇ ਕਿ ਹਰ ਵਿਅਕਤੀ ਦਾ ਇੱਕ ਆਪਣਾ ਆਪਣੀ ਸ਼ਖਸੀਅਤ ਹੁੰਦੀ ਹੈ ਅਸੀਂ ਕਿਸੇ ਦਾ ਕਿਸੇ ਸ਼ਕਤੀ ਦੇ ਸ਼ਖਸੀਅਤ ਦੇ ਨਾਲ ਮੁਕਾਬਲਾ ਨਹੀਂ ਕਰ ਰਹੇ ਹਾਂ ਲੇਕਿਨ ਹਰ ਜਿਹੜਾ ਇਨਸਾਨ ਜਿਹੜਾ ਤੁਰਦਾ ਹੈ ਕਿਤੇ ਪੈਰਾਂ ਦੇ ਨਿਸ਼ਾਨ ਛੱਡਦਾ ਹੈ ਉਹਨਾਂ ਪੈਰਾਂ ਦੇ ਨਿਸ਼ਾਨਾਂ ਨੂੰ ਫਾਲੋ ਕਰਦੇ ਹੋਏ ਤੁਸੀਂ ਅੱਗੇ ਵਧ ਜਾਓ ਔਰ ਲਗਾਤਾਰ ਲੋਕਾਂ ਨੂੰ ਪਿਆਰ ਵੰਡੋ ਤੁਸੀਂ ਲੋਕਾਂ ਨੂੰ ਬਾਣੀ ਵੰਡੋ ਤੁਸੀਂ ਲੋਕਾਂ ਦੇ ਕੋ ਪਿਆਰ ਦਿਓ ਕਿ ਅੱਜ ਦੁਨੀਆ ਦੇ ਵਿੱਚਕਾਰ ਸਿੱਖਾਂ ਨੇ ਜੋ ਕੁਝ ਵੀ ਹਾਸਲ ਕੀਤਾ ਹੈ ਕੇਵਲ ਰਾਸ਼ਨ ਦਾ ਲੰਗਰ ਕਰਕੇ ਨਹੀਂ ਕੀਤਾ ਅੱਜ ਦੁਨੀਆ ਦੇ ਦੇਖੋ ਆਕਸੀਜਨ ਦਾ ਲੰਗਰ ਹੁੰਦਾ ਪਿਆ ਹੋਇਆ ਕਿਤੇ ਦੁਨੀਆ ਇਸੇ ਸੋਚਿਆ ਸੀ ਕਿਤੇ ਨਹੀਂ ਕਿ ਆਕਸੀਜਨ ਦਾ ਵੀ ਕੋਈ ਲੰਗਰ ਲਾਏਗਾ ਸਿੱਖਾਂ ਨੇ ਆਕਸੀਜਨ ਦਾ ਵੀ ਲੰਗਰ ਲਾ ਦਿੱਤਾ ਕੋਈ ਕੋਈ ਐਸੀ ਚੀਜ਼ ਨਹੀਂ ਜਿਹਦਾ ਲੰਗਰ ਨਹੀਂ ਲੱਗ ਸਕਦਾ ਸਵਾਲ ਤੇ ਭਾਵਨਾ ਦੀ ਹੈ ਮੈਂ ਦੇਣਾ ਕੀ ਹੈ ਸੋ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਇਹ ਗੱਲਾਂ ਕਰਕੇ ਔਰ ਗੁਰੂ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਅਸੀਂ ਯੋਗੀ ਭਜਨ ਜੀ ਦੇ ਉਸ ਮਿਸ਼ਨ ਨੂੰ ਅੱਗੇ ਵਧਾਈ ਜਾਈਏ ਤਾਂ ਕਿ ਇਹ ਗੁਰੂ ਨਾਨਕ ਸਾਹਿਬ ਦੀ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਦੇ ਸੱਚੇ ਪਾਤਸ਼ਾਹ ਦਾ ਜਿਹੜਾ ਇੱਕ ਪਿਆਰ ਭਰਿਆ ਮਿਸ਼ਨ ਚੱਲਦਾ ਪਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦਾ ਸਰੂਪ ਦੇ ਕੇ ਉਹਨੂੰ ਸੰਪੂਰਨ ਕੀਤਾ ਉਸ ਦੀ ਜਿਹੜਾ ਹੈ ਮਿਸ਼ਨ ਪੂਰੀ ਦੁਨੀਆ ਵਿੱਚ ਜਿਹੜਾ ਹੈ ਅੱਜ ਫੈਲਦਾ ਪਿਆ ਹੋਰ ਫੈਲੇ ਆਓ ਰਲ ਕੇ ਇੱਕ ਪਰਿਵਾਰ ਬਣ ਕੇ ਇਹਦੇ ਵਿੱਚ ਸੇਵਾ ਕਰੀਏ ਔਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ بجائے ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਜਿਹੜਾ ਅਸੀਂ ਲੱਤਾਂ ਖਿਚਨ ਤੋਂ ਸੰਭਾਲਣਾ ਜੇ ਨਾਲ ਜੁੜਨ 'ਚ ਸਮਾਂ ਲਾ ਦੀਏ ਬਾਹਾਂ ਨਾ ਬਾਹ ਵੜ ਜਈਏ ਤੇ ਸੱਚ ਜਾਣਿਓ ਇਹ ਸਫ਼ਰ ਬੜਾ ਸੌਖਾ ਵਧੀਆ ਤੇ ਆਉਣ ਵਾਲਾ ਭਵਿੱਖ ਸੋਹਣਾ ਹੋਏਗਾ ਸੋ ਸਬ ਕੁਲਵੀਰ ਸਿੰਘ ਜੀ ਤੁਹਾਡੇ ਪਰਿਵਾਰ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਇੰਟਰਵਿਊ ਦੇ ਵਿੱਚਕਾਰ ਅਸੀਂ ਇੱਥੇ ਸਮਾਪਤ ਕਰਾਂਗੇ ਲੇਕਿਨ ਇਹ ਅੰਤ ਨਹੀਂ ਹੈ ਫੇਰ ਤੁਹਾਡ ਨਾਲ ਇੱਕ ਇੰਟਰਵਿਊ ਕਰਾਂਗੇ ਇੱਕ ਦੋ ਹੋਰ ਕਰਾਂਗੇ ਲੇਕਿਨ ਸਮਾਪਾ ਕੇ ਔਰ ਇਹ ਜ਼ਰੂਰ ਚਾਹਾਂਗੇ ਕਿ ਜਦੋਂ ਜਦੋਂ ਅਸੀਂ ਮਿਲੀਏ ਤੇ yogi ji ਦੀ ਜ਼ਿੰਦਗੀ ਦੇ ਵਿੱਚੋਂ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਸਾਡਾ ਨਾਲ ਸ਼ੇਅਰ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਵੱਲੋਂ ਸਿੱਖੀ ਜਨਰ ਦੇ ਦਰਸ਼ਕਾਂ ਵੱਲੋਂ ਅਸੀਂ ਇੱਕ ਭਾਈ ਕੁਲਬੀਰ ਸਿੰਘ ਜੀ ਦਾ ਧੰਨਵਾਦ ਕਰ ਰਹੇ ਹਾਂ ਔਰ ਨਾਲ ਹੀ ਤੁਹਾਡੇ ਪਰਿਵਾਰ ਦਾ ਧੰਨਵਾਦ ਹੈ ਚੜ੍ਹਦੀ ਕਲਾ ਚ ਰਹੋ ਸੋ ਦਰਸ਼ਕੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਅਸਾਨੂੰ ਦਿੱਤਾ ਹੈ ਔਰ ਇਸ ਤਰ੍ਹਾਂ ਹੀ ਸਾਡੇ ਨਾਲ ਜੁੜਿਆ ਰਹਿ ਕਰੋ ਤੁਹਾਡਾ ਦਿੱਤਾ ਹੋਇਆ ਹੌਸਲਾ ਤੁਹਾਡਾ ਦਿੱਤਾ ਹੋਇਆ ਫੀਡਬੈਕ ਜਦੋਂ ਸਾਨੂੰ ਕਾਲ ਆਂਦੀ ਹੈ ਤੁਹਾਡਾ ਮੈਸੇਜ ਆਂਦਾ ਹੈ ਸੱਚ ਜਾਣਿਓ ਅਸੀਂ ਤੁਹਾਡੀ ਹਰ ਆਲੋਚਨਾ ਦੇ ਔਰ ਉਹਨੂੰ ਅਸੀਂ ਚੰਗਾ ਸਕਾਰਾਤਮਕ ਸੁਝਾਅ ਬਣ ਕੇ ਅੱਗੇ ਤੋਰਦੇ ਹਾਂ ਤਾਂ ਕਿ ਅਸੀਂ ਅਗਲੇ ਪ੍ਰੋਗਰਾਮਾਂ 'ਚ ਉਹਨੂੰ ਬਿਹਤਰ ਕਰ ਸਕੀਏ ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਬੋਂ ਸਿੰਘ ਰਾਜਧਾਨੀ ਤੋਂ ਕੋ ਇਜਾਜ਼ਤ ਲਵਾਂਗਾ ਆਪਣਾ ਧਿਆਨ ਰੱਖਿਓ ਔਰ ਅਸੀਂ ਇਹੀ ਚਾਹਾਂਗੇ ਕਿ ਸਾਰੇ ਸੰਸਾਰ 'ਚ ਸੁੱਖ ਹੋਵੇ ਸ਼ਾਂਤੀ ਹੋਵੇ ਪਿਆਰ ਹੋਵੇ ਔਰ ਜਿਹੜੀ ਗੱਲ yogi bhajan ji ਕਹਿੰਦੇ 96 ਕਰੋੜੀ ਉਹ ਸਤਿਗੁਰੂ ਪੂਰਾ ਕਰੇਗਾ ਕਿਰਪਾ ਕਰੂਗਾ ਲੇਕਿਨ ਸਾਡਾ ਮਿਸ਼ਨ ਚੱਲਦਾ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਸੋ ਕਰੀਏ ਦਿਲ ਦੀਆਂ ਗੱਲਾਂ ਦਾ ਅਸੀਂ ਇਹਦੇ એપisodes ਸਮਾਪਤ ਕਰਦੇ ਆ ਆਪਣਾ ਧਿਆਨ ਰੱਖਿਓ ਰੱਬ ਰਾਖਾ ਰਬ ਰਾਖਾ ਰਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ